जस टीवी देख रहे हो तुसीं, मैं केपी सिंह तुहाडा स्वागत करता हां। पंजाब दे विच नशे दा मुद्दा नवा नहीं हैगा गा, पुराना मुद्दा हैगा, पर जो चोणां हुंदियां तां इस मुद्दे नूं जोर शोर नाल उछाला जांदा है। कांग्रेस दे विधायक कुलवीर सिंह जीरा ने एक मुद्दा चुक्या, उस तों बाद सियासत पक्षी उस ते वी असीं चर्चा कीती, पर उस सियासत तों अगे जा के होर सियासत आ जिहड़ी उह मंग करती पई हैगी कि पूरे मामले दी सीबीआई जांच होवे। इस सब दे विचाले एस टी एफ मुखी दा बयान आउंदा कि इस सारे मुद्दे नूं सियासी रंगत दित्ती गई हैगी है। उन्होंने कुलवीर सिंह जीरा वाला जिक्र नहीं किया हैगा, उन्होंने पूरे नशे दे मुद्दे दा जिक्र किया हैगा कि सियासी रंगत दित्ती गई हैगी है। असीं सवाल क्यों पूछांगे, नशे नूं किसने दिता सियासी रंग? ਪੰਜਾਬ ਦੇ ਵਿੱਚ ਐਸ ਟੀ ਐਫ ਬਣੀ ਅਤੇ ਐਸ ਟੀ ਐਫ ਮੁਖੀ ਵੀ ਬਦਲੇ ਗਏ ਆ, ਅਤੇ ਜਿਹੜੇ ਨਵੇਂ ਮੁਖੀ ਹੈਗੇ ਮੁਹੰਮਦ ਮੁਸਤਫਾ, ਉਹ ਕਹਿੰਦੇ ਕੀ ਹੈਗੇ ਪਹਿਲਾਂ ਸੁਣ ਲਏ। ਹਮ ਲੋਕੋ ਕੋ ਆਈਡੀਆ ਨਹੀਂ ਯਹਾਂ ਪੇ ਕਿਸ ਕੋ ਸਿਆਸੀ ਰੰਗ ਮਿਲ ਗਿਆ ਪੰਜਾਬ ਮੇਂ, ਤੋ ਹਮੇਂ ਲਗਤਾ ਹੈ ਕਿ ਸਿਰਫ ਪੰਜਾਬ ਮੇਂ ਹੀ ਪੰਜਾਬ ਹੀ ਉੜ ਰਹਾ ਹੈ। ਦੁਨੀਆ ਮੇਂ ਬਹੁਤ ਸਾਰੇ ਦੇਸ਼ ਹੈ, ਹਿੰਦੁਸਤਾਨ ਮੇਂ ਕਈ ਇਲਾਕੇ ਹੈ ਜੋ ਹਮਸੇ ਜ਼ਿਆਦਾ ਉੜ ਰਹੇ ਹੈ। ਅਮੇਰੀਕਾ ਮੇਂ 2017 ਮੇਂ 72,000 ड्रग लॉस हुए हैं, और ड्रग लॉस, दिस इज ऑफिशियल फिगर, जिसका मतलब ये हुआ ऑन एन एवरेज 200 डेथ्स पर डे। अनलेस द पुलिस स्टेशन कोऑपरेट्स विद अस, एंड व्हेन पुलिस स्टेशन विल कोऑपरेट विद अस, इफ द डिस्ट्रिक्ट कोऑपरेट विद अस, तो ये लड़ाई पंजाब पुलिस की लड़ाई है, ये खाली एसटीएफ की लड़ाई नहीं है। एसटीएफ का जॉब तो एक मॉनिटरिंग एजेंसी का है, एक फोकस अप्रोच एसटीएफ का है, जो उनके ऊपर शिकंजा कस के रखे जो एजेंसीज है, जो थाने हैं, जो जिले हैं, जो रेंज लेवल है, उनसे काम लेना है, वो अब हो रहा है। ਵੱਡਾ ਸਵਾਲ ਇਹ ਪੁੱਛਾਂ ਕਿ ਅਸੀਂ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਨੂੰ ਨਸ਼ੇ ਤੋਂ ਬਚਾਉਣ ਲਈ ਕਿਹੜੇ ਮਾਡਲ ਦੀ ਲੋੜ ਹੈ, ਕੀ ਆ ਕਿਹੜਾ ਮਾਡਲ ਅਪਣਾਉਣ ਦੀ ਲੋੜ ਹੈਗੀ ਆ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਤਾਰਾ ਸੰਧੂ ਕਾਂਗਰਸ ਦੇ ਬੁਲਾਰੇ ਨੇ, ਡਾਕਟਰ ਤਾਰਾ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਫੈਰੀ ਸੋਫਤ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਆ, ਫੈਰੀ ਸੋਫਤ ਤੁਹਾਡਾ ਬਹੁਤ ਸਵਾਗਤ ਹੈ। ਬੂਟਾ ਸਿੰਘ ਬਰਾਕੀ ਪੰਜਾਬੀ ਏਕਤਾ ਪਾਰਟੀ ਅਡਹੋਕ ਤੇ ਬੁਲਾ ਰਿਹਾ ਗਿਆ। ਬੂਟਾ ਸਿੰਘ ਬਰਾਕੀ ਤੁਹਾਡਾ ਬਹੁਤ ਸਵਾਗਤ ਹੈ। ਇਹ ਡਾਕਟਰ ਪਿਆਲਾ ਕਰਕ, ਇਹ ਐਂਟੀ ਡਰੱਗ ਐਕਟੀਵਿਸਟ ਦੇ ਤੌਰ ਤੇ ਸਾਡਾ ਇੱਥੇ ਮੌਜੂਦ ਹੈ ਕਿ ਆ, ਪਰ ਇਹਨਾਂ ਦਾ ਡਾਕਟਰੀ ਦੇ ਵਿੱਚ ਲੰਬਾ ਤਜਰਬਾ ਹੈਗਾ, ਸਾਬਕਾ ਰਜਿਸਟਰਾਰ ਨੇ ਬਾਫਰੇ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ। ਡਾਕਟਰ ਕਰਕ ਤੁਹਾਡਾ ਬਹੁਤ ਸਵਾਗਤ ਹੈ, ਕਿਉਂਕਿ ਇਹਦੇ ਵਿੱਚ ਟੈਕਨੀਕਲ ਇਸ਼ੂ ਵੀ ਹੈਗੇ ਆ, ਸਿਆਸਤ ਤਾਂ ਹੁੰਦੀ ਰਹੇਗੀ, ਸਿਆਸਤ ਤੋਂ ਸਵਾਲ ਕਰਾਂਗੇ ਜ਼ਰੂਰ। ਡਾਕਟਰ ਦਾਰਾ ਸੰਧੂ, ਤੁਹਾਡੇ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਇੱਕ ਮੁੱਦਾ ਚੁੱਕਿਆ, ਉਸ ਤੋਂ ਬਾਅਦ ਐਸ ਟੀ ਐਫ ਚੀਫ਼ ਦਾ ਬਿਆਨ ਹੁੰਦਾ, ਐਸ ਟੀ ਐਫ ਚੀਫ਼ ਦਾ ਬਿਆਨ ਇਹ ਆਉਂਦਾ ਕਿ ਇਸ ਨੂੰ ਸਿਆਸੀ ਰੰਗਤ ਦਿੱਤੀ ਗਈ ਹੈ। ਸਿਆਸੀ ਰੰਗਤ ਅਕਾਲੀਆਂ ਨੇ ਦਿੱਤੀ ਸੀ ਜਾਂ ਤੁਹਾਡੇ ਵਿਧਾਇਕ ਸਾਹਿਬ ਦੇ ਰਹੇ ਆ, ਜਾਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਿੰਦੀ ਰਹੀ ਹੈ? ਦੇਖੋ ਜੀ, ਆਈ ਜੀ ਦੇ ਕੋਲ 4 ਜ਼ਿਲ੍ਹੇ ਹੈ, 4 ਜ਼ਿਲ੍ਹਿਆਂ 'ਚ ਐੱਮ ਐੱਲ ਏ ਵੀ ਹੈ, ਜਿਹੜੇ ਨਹੀਂ ਐੱਮ ਐੱਲ ਏ ਬਣ ਸਕੇ ਹਾਰੇ ਹੋਏ ਐੱਮ ਐੱਲ ਏ ਵੀ ਹੈਗੇ ਆ, ਜ਼ਿਲ੍ਹਾ ਪ੍ਰਧਾਨ ਵੀ ਹੈ। ਜ਼ਿਆਦਾ ਮੇਰਾ ਸਵਾਲ ਨਹੀਂ ਸਮਝ ਡਾਕਟਰ ਦਾਰਾ ਸੰਧੂ ਜੀ, ਮੇਰਾ ਸਵਾਲ ਬੜਾ ਸਧਾਰਨ ਹੈ, ਨਸ਼ੇ ਨੂੰ ਸਿਆਸੀ ਰੰਗਤ ਕਿਸ ਨੇ ਦਿੱਤੀ? ਦੇਖੋ, ਨਸ਼ੇ ਦੀ ਜਿਹੜੀ ਸ਼ੁਰੂਆਤ ਕੀਤੀ ਉਹਨੂੰ ਸਿਆਸੀ ਸਰਪ੍ਰਸਤੀ ਕਹੋ ਤੁਸੀਂ, ਨਸ਼ੇ ਨੂੰ ਸਰਪ੍ਰਸਤੀ ਤਾਂ ਅਕਾਲੀ ਭਾਜਪਾ ਸਰਕਾਰ ਵੇਲੇ ਹੀ ਹੈ। ਤੁਹਾਡੇ ਐਸਟੀਐਫ ਚੀਫ ਤੁਸੀਂ ਲਾਏ ਨਾ ਡਾਕਟਰ ਦਾਰਾ ਸੰਧੂ, ਨਹੀਂ ਮੈਨੂੰ ਸਵਾਲ ਸਿੱਧਾ ਸਵਾਲ ਜਵਾਬ ਦਿਓ, ਤੁਹਾਡੇ ਐਸਟੀਐਫ ਚੀਫ ਇਹ ਗੱਲ ਕਹਿ ਰਹੇ ਆ ਸਿਆਸੀ ਰੰਗਤ ਦਿੱਤੀ ਗਈ ਇਸ ਨੂੰ, ਇਹਦਾ ਜਵਾਬ ਕੀ ਦਿਓਗੇ? ਉਹ ਤਾਂ ਇੱਕ ਪਾਰਟੀਕੂਲਰ ਘਟਨਾ ਬਾਰੇ ਕਹਿ ਰਹੇ ਆ ਨਾ, ਜਿਹੜੀ ਉੱਥੇ ਫਿਰੋਜ਼ਪੁਰ ਦੇ ਵਿੱਚ ਹੋਈ ਉਸ ਘਟਨਾ ਬਾਰੇ ਇਹ ਗੱਲ ਕਹਿ ਰਹੇ ਆ। ਜੇ ਤੁਸੀਂ ਇਹ ਗੱਲ ਕਹਿ ਰਹੇ ਹੋ, ਮੈਂ ਤੁਹਾਡੇ ਦਾਵੇ ਤੇ ਜਾ ਰਿਹਾ, ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਇਹਦਾ ਮਤਲਬ ਕੁਲਵੀਰ ਸਿੰਘ ਜੀਰਾ ਦੇ ਇਲਜ਼ਾਮ ਗਲਤ ਆ? ਨਹੀਂ, ਕੁਲਵੀਰ ਸਿੰਘ ਜੀਰਾ ਦੇ ਇਲਜ਼ਾਮ ਕਿੰਨੇ ਠੀਕ ਹੈ? ਨਹੀਂ, ਤੁਸੀਂ ਕਿਸੇ ਪਾਸੇ ਤੋਂ ਨਾ ਡਾਕਟਰ ਸੰਧੂ, ਕਿਸੇ ਪਾਸੇ ਤੋਂ ਹੋਣਾ ਪਊਗਾ, ਕਿਸੇ ਪਾਸੇ ਖੜਨਾ ਪਊਗਾ। ਮੈਂ ਤੁਹਾਡੇ ਦਾਅਵੇ ਦਾਵਾ ਚੱਲਦਾ ਪਿਆ, ਮੈਨੂੰ ਨਹੀਂ ਪਤਾ ਉਹ ਕਿਸ ਕੰਟੈਕਸਟ ਦੇ ਵਿੱਚ ਕਹਿ ਰਹੇ। ਤੁਸੀਂ ਕਹਿ ਰਹੇ ਹੋ ਕਿ ਉਹ ਇੱਕ ਪਾਰਟੀਕੁਲਰ ਘਟਨਾ ਦਾ ਜ਼ਿਕਰ ਕਰ ਰਿਹਾ, ਇਹਦਾ ਮਤਲਬ ਕੁਲਵੀਰ ਸਿੰਘ ਜੀਰਾ ਦੇ ਇਲਜ਼ਾਮ ਬੇਬੁਨਿਆਦ ਆ? ਨਹੀਂ, ਬੇਬੁਨਿਆਦ ਨਹੀਂ ਮੈਂ ਕਹਿ ਸਕਦੇ। ਕੋਈ ਜੇ ਐੱਮ ਐੱਲ ਏ ਇਸ ਲੈਵਲ ਤੱਕ ਪਹੁੰਚਿਆ ਤੇ ਉਹਨੇ ਇੱਕ ਪਾਰਟੀਕੁਲਰ ਵਿਸ਼ੇਸ਼ ਵਿਅਕਤੀ ਬਾਰੇ ਆਪਣੀ ਇੱਕ ਰਾਇ ਦਿੱਤੀ ਕਿ ਆਹ ਕੇਸਾਂ 'ਚ ਇਸ ਨੇ ਇਹ ਆਹ ਕੁਛ ਕੀਤਾ ਹੈ, ਤਾਂ ਉਹਦੀ ਜਾਂਚ ਹੋ ਰਹੀ ਹੈ, ਉਹ ਡੀਜੀਪੀ ਨੂੰ ਮਿਲਿਆ, ਡੀਜੀਪੀ ਦਾ ਪੁਲਿਸ ਤੇ ਖੁਦ ਸਵਾਲ ਖੜੇ ਕਰਦੇ ਪਏ ਆ। ਡਾਕਟਰ ਤਾਰਾ ਸੰਧੂ, ਮੇਰਾ ਸਵਾਲ ਤਾਂ ਫਿਰ ਸਿੰਪਲ ਹੈਗਾ, ਤੁਸੀਂ ਉਹ ਸਿੰਪਲ ਦਾ ਸਵਾਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਹੈਗੇ। ਨਸ਼ੇ ਨੂੰ ਸਿਆਸੀ ਰੰਗਤ ਕਿਸ ਨੇ ਦਿੱਤੀ? ਕਾਂਗਰਸ ਨੇ ਦਿੱਤੀ, ਆਮ ਆਦਮੀ ਪਾਰਟੀ ਨੇ ਦਿੱਤੀ, ਅਕਾਲੀ ਦਲ ਨੇ ਦਿੱਤੀ, ਬੀਜੇਪੀ ਨੇ ਦਿੱਤੀ, ਕਿਹਨੇ ਦਿੱਤੀ?
देखो जी, नशे नूं सियासी सरपरस्ती तां तुसीं कह सकदे आ अकाली भाजपा दे 10 सालां च मिली आ, जिहदे करके वधिया। पर कैप्टन अमरिंदर सिंह दी सरकार आउण दे नाल जिहड़ा सिंथेटिक नशा है उह लगभग खत्म होण दे किनारे आ। दूजा नशा बयान तों पासे आ, सरकार एसटीएफ दे चीफ दे बयान तों मंनदी नहीं। मैं तां इह समझदा वी एसटीएफ दे चीफ नूं सियासत बारे बयान ही नहीं देना चाहिए। इहदा मतलब कांग्रेस पार्टी उस बयान तों आदे उह वक्त करदी पई। कांग्रेस पार्टी ने तां उहनूं शोका नोटिस दित्ता, उहनूं कहा वी आके आपदे ग्रीवेंस दस। उह आपदी कमेटी जिहड़ी है मतलब बणाई है, उहदे ते अनुशासनी कमेटी जिहड़ी है उहदे च बुलाया, उहदे च तत्थ सामणे आ जाणगे। एसटीएफ चीफ नूं वी लाइन हाजर कर लो फिर। ਨਹੀਂ ਚਲੋ ਉਹਦਾ ਆਪਦਾ ਐਸਟੀਐਫ ਚੀਫ ਨੂੰ ਸ਼ੋਕਸ ਨੋਟਿਸ ਜਾਰੀ ਕਰ ਦਿਓ ਫਿਰ ਹੁਣ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕਹਿ ਰਹੇ ਹੋ ਉਹ ਤਾਂ ਮੁੱਖ ਮੰਤਰੀ ਜਾਣੇ, ਐਸਟੀਐਫ ਦਾ ਚੀਫ ਜਾਣੇ। ਨਸ਼ੇ ਨੂੰ ਸਿਆਸੀ ਰੰਗਤ ਕਿਹਨੇ ਦਿੱਤੀ? ਨਸ਼ੇ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈਗੀ ਹੈ ਤੇ ਹੁਣ ਉਸ ਤੋਂ ਬਾਅਦ ਸਿਆਸੀ ਰੰਗਤ ਉਹਨੂੰ ਹਾਸਲ ਹੋ ਗਈ। ਦੇਖੋ ਸਰਪ੍ਰਸਤੀ ਤੁਸੀਂ ਹੁਣ ਜੋੜ ਕੇ ਕੁਐਸਚਨ ਕਰਨਾ ਸ਼ੁਰੂ ਕਰਤਾ, ਨਸ਼ੇ ਨੂੰ ਸਿਆਸੀ ਰੰਗਤ ਕਾਂਗਰਸ ਪਾਰਟੀ ਨੇ ਔਰ ਤੁਹਾਡੇ ਨਾਲ ਜੋੜ ਕੇ ਸਵਾਲ ਆਊਗਾ, ਮੈਂ ਦੱਸਦਾ, ਮੈਂ ਜਵਾਬ ਉਹਦਾ ਵੀ ਦਊਂਗਾ। ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ ਦਿੱਤੀ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ 'ਤੇ ਜਿਹੜੀ ਕਾਂਗਰਸ ਗੌਰਮੈਂਟ ਅੱਜ ਬਣੀ ਹੈ ਉਹ ਸਿਰਫ ਇਸ ਇਸ਼ੂ 'ਤੇ ਇਹੀ ਸਿਆਸੀ ਰੰਗਤ ਦੇ ਕੇ, ਔਰ ਆਮ ਆਦਮੀ ਪਾਰਟੀ ਜਿੰਨੀਆਂ ਕੁ ਵੀ ਸੀਟਾਂ ਲੈ ਚੁੱਕੀ ਹੈ ਉਹ ਵੀ ਇਹੀ ਸਿਆਸੀ ਰੰਗਤ ਦੇ ਕੇ, ਲੋਕਾਂ ਨੂੰ ਬਦਨਾਮ ਕਰਕੇ, ਪੰਜਾਬੀਅਤ ਨੂੰ ਬਿਆਨ ਕਰ ਬਦਨਾਮ ਕਰਕੇ ਇਹ ਸਾਰਾ ਕੁਛ ਹਾਸਲ ਕਰਨ ਦੇ ਵਿੱਚ ਮਤਲਬ ਹੋਈ ਹੈ। ਤੁਸੀਂ ਇਸ ਮਾਮਲੇ ਦੇ ਵਿੱਚ ਆਪਦੇ ਆਪ ਨੂੰ ਇਹ ਸਮਝਦੇ ਹੋ ਕਲੀਨ ਚਿੱਟ ਮਿਲ ਗਈ? ਬਿਲਕੁਲ ਬਿਲਕੁਲ, ਦੇਖੋ ਮੈਂ ਤੁਹਾਨੂੰ ਦੱਸਦਾ, ਅਸੀਂ ਕੁਛ ਨਹੀਂ ਕਹਿੰਦੇ ਸਾਨੂੰ ਕਲੀਨ ਚਿੱਟ ਮਿਲੀ ਹੈ ਜਾਂ ਨਹੀਂ ਮਿਲੀ। ਸਾਡੇ 'ਤੇ ਤਾਂ ਦੋਸ਼ ਲਾਉਂਦੇ ਸੀ, ਕਾਂਗਰਸ ਵੀ ਲਾਉਂਦੀ ਸੀ, ਆਮ ਆਦਮੀ ਪਾਰਟੀ ਵੀ ਲਾਉਂਦੀ ਸੀ ਇਹ, ਔਰ ਇਸ ਉਸ ਟਾਈਮ ਦੀ ਜਿਹੜੀ ਇਲੈਕਸ਼ਨ ਸੀ ਉਹ ਜਿੱਤੀ ਇਸ ਗੱਲ 'ਤੇ ਬਈ ਜਿਹੜੀ ਹੈਗੀ ਆ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਡਰੱਗ ਫੈਲਾਇਆ। ਹੁਣ ਤੁਸੀਂ ਦੋਸ਼ ਮੁਕਤ ਹੋ ਗਏ? ਅਸੀਂ ਪਹਿਲਾਂ ਵੀ ਦੋਸ਼ ਮੁਕਤ ਸੀ, ਇਹ ਤਾਂ ਇੱਕ ਸੋਸ਼ਲ ਮੀਡੀਆ ਦਾ ਸ਼ੋਸ਼ਾ ਸੀ। ਫੈਰੀ ਸੋਫਤ ਇਹ ਸਾਰੀ ਬਦਨਾਮੀ ਵਾਲਾ ਜਿਹੜਾ ਮੁੱਦਾ ਹੈਗਾ ਤੁਸੀਂ ਸ਼ੁਰੂ ਕੀਤਾ ਫੈਰੀ ਸੋਫਤ? ਦੇਖੋ ਜਿਹੜਾ ਗੱਲ ਹੈ ਬਦਨਾਮੀ ਵਾਲਾ, ਅਸੀਂ ਕੋਈ ਕਿਹੋ ਜਿਹਾ ਕਿਸੇ ਦੇ ਖਿਲਾਫ ਐਲੀਗੇਸ਼ਨ ਤੋਂ ਨਹੀਂ ਸਟਾਰਟ ਕੀਤਾ, ਇੱਕ ਸੋਸ਼ਲ ਕੋਜ਼ ਸੀਗਾ ਇਹ। ਲੋਕੀ ਦੇਖੋ ਇਹ ਚੀਜ਼ ਆਪਾਂ ਇਹ ਕੋਈ ਵੀ ਡਿਨਾਈ ਨਹੀਂ ਕਰ ਸਕਦਾ ਕਿ ਯੂਥ ਦੀ ਬਹੁਤ ਸਾਰੇ ਯੂਥ ਇਸ ਚੀਜ਼ ਦੇ ਨਸ਼ੇ ਦੇ ਕਰਕੇ, ਨਸ਼ੇ ਦੀ ਓਵਰਡੋਜ਼ ਕਰਕੇ ਮਾਫੀ ਮੰਗ ਲਈ। ਨਹੀਂ ਦੇਖੋ ਜਿਹੜੀ ਮਾਫੀ ਵਾਲੀ ਗੱਲ ਸੀਗੀ, ਮਾਫੀ ਦੇ ਰੀਜ਼ਨਸ ਇਹ ਨਹੀਂ ਸੀ, ਜਾਂ ਤਾਂ ਕਿਹਾ ਹੋਵੇ ਵੀ ਹਾਂ ਇਹ ਬਿਲਕੁਲ ਇਨਵੋਲਵਮੈਂਟ ਨਹੀਂ ਹੈਗੀ, ਠੀਕ ਹੈ। ਉਹ ਜਿਹੜਾ ਸੀਗਾ ਨਹੀਂ ਦੇਖੋ ਉਹ ਗਲਤੀ, ਨੋ ਡਾਊਟ ਉਹ ਗਲਤੀ ਹੋਈ ਹੈ, ਪਾਰਟੀ ਦੇ ਮਤਲਬ ਪਾਰਟੀ ਪ੍ਰੈਜ਼ੀਡੈਂਟ ਤੋਂ ਇਸ ਚੀਜ਼ ਉੱਤੇ ਗਲਤੀ ਹੋਈ ਹੈ, ਨੋ ਡਾਊਟ। ਬਟ ਆਉਣ ਵਾਲੀ ਹੁਣ 20 ਤਰੀਕ ਨੂੰ ਰੈਲੀ ਹੋ ਰਹੀ ਹੈ, ਉਸ ਚੀਜ਼ ਦੇ ਉੱਤੇ ਉਸਦਾ ਜਵਾਬ ਸਪੈਸੀਫਿਕਲੀ ਅਰਵਿੰਦ ਕੇਜਰੀਵਾਲ ਜੀ ਖੁਦ ਉਸ ਚੀਜ਼ ਦਾ ਜਵਾਬ ਦੇਣਗੇ। 20 ਤਰੀਕ ਨੂੰ ਆ ਰਹੇ ਨੇ, ਬਰਨਾਲਾ ਦੇ ਵਿੱਚ ਰੈਲੀ ਆ, ਉਸਦੇ ਹੁਣ ਨਸ਼ੇ ਦੇ ਮੁੱਦੇ ਤੁਸੀਂ ਵੀ ਸਿਆਸੀ ਸ਼ੁਰੂ ਕਰ ਲਈ। ਐਸਟੀਐਫ ਚੀਫ ਇਹ ਕਹਿ ਰਿਹਾ ਨਸ਼ੇ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਤੇ ਤੁਸੀਂ ਵੀ ਉਸ ਰੰਗ ਵਿੱਚ ਸ਼ਾਮਲ ਹੋਣ ਦੀ ਤਿਆਰ ਬੈਠੇ ਹੋ? ਦੇਖੋ ਨਜ਼ਰੀਆ ਹੋ ਸਕਦਾ, ਸਾਰਿਆਂ ਪ੍ਰਵਕਤਾਵਾਂ ਨੇ ਦੱਸਿਆ ਪੰਜਾਬ ਵਿੱਚ ਕਈ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਵਾ, ਡਰੱਗ ਮਾਫੀਆ ਉਹਦੇ ਵਿੱਚੋਂ ਮੇਨ ਆ। ਉਹ ਮਾਫੀਆ ਇੱਕ ਪਾਸੇ ਤਾਂ ਅਥੋਰਾਈਜ਼ਡ ਮਾਫੀਆ ਜਿਹਨੂੰ ਆਪਾਂ ਪੁਲਿਸ ਕਹਿ ਲਈਏ ਜਾਂ ਉਹ ਏਜੰਸੀਜ਼ ਕਹਿ ਲਈਏ, ਇੱਕ ਪਾਸੇ ਆਪਾਂ ਪੋਲੀਟੀਸ਼ੀਅਨਸ ਕਹਿ ਲਈਏ, ਇੱਕ ਪਾਸੇ ਆਪਾਂ ਉਹਨਾਂ ਲੋਕਾਂ ਨੂੰ ਰੱਖ ਲਈਏ ਜਿਹੜੇ ਇਹਨਾਂ ਲਈ ਕੰਮ ਕਰਦੇ ਆ। ਅੱਜ ਪੰਜਾਬ ਦੇ ਵਿੱਚ ਸਪੈਸ਼ਲੀ ਡਰੱਗ ਮਾਫੀਆ ਇਸ ਚੰਦ ਸੀਮਾ 'ਤੇ ਪਹੁੰਚ ਗਿਆ ਕਿ ਬਟਵਾਰੇ ਲਈ, ਹਿੱਸੇ ਲਈ, ਸ਼ੇਅਰ ਲਈ ਲੜਾਈ ਹੋ ਰਹੀ ਹੈ। ਕੇ ਪੀ ਜੀ, ਸਮਾਂ ਅਤੇ ਸਥਾਨ ਬੜਾ ਮੈਟਰ ਕਰਦਾ ਜੀਰੇ ਦੀ ਸਟੇਟਮੈਂਟ ਨੂੰ ਲੈ ਕੇ। ਸਟੇਟਮੈਂਟ ਆਈ ਜੀ ਦਬਾਉਣ ਆ ਰਿਹਾ ਵਾ, ਸਹੁੰ ਜਿਹੜੀ ਓਥ ਸੈਰੇਮਨੀ ਹੋ ਰਹੀ ਆ, ਸਰਪੰਚਾਂ ਮੈਂਬਰਾਂ ਨੂੰ ਦਵਾਈ ਜਾ ਰਹੀ ਆ ਵੀ ਅਸੀਂ ਸਭ ਨਸ਼ਾ ਨਹੀਂ ਵੇਚਾਂਗੇ, ਨਸ਼ਾ ਬੰਦ ਕਰਾਂਗੇ। ਜੇ ਕੁਲਵੀਰ ਜੀਰਾ ਇੰਨਾ ਹੀ ਸੁਹਰਦ ਸੀਗਾ ਤਾਂ ਉਸ ਚੀਜ਼ ਨੂੰ ਉੱਥੇ ਉਭਾਰਿਆ ਨਹੀਂ ਸੀ ਜਾ ਸਕਦਾ, ਕਿਉਂਕਿ ਉੱਥੇ ਛੀਨਾ ਨਹੀਂ, ਇੰਡੀਵਿਜੁਅਲ ਨਹੀਂ, ਇੱਕ ਚੇਅਰ ਜਿਹੜੀ ਇੱਕ ਕੌਨਸਟੀਟਿਊਸ਼ਨਲ ਚੇਅਰ ਆ ਉਹ ਉਸ ਦੇਣੀ ਜਾ ਰਹੀ ਆ। ਗੱਲਾਂ ਦੋ ਇੱਥੇ ਨਿਕਲਦੀਆਂ, ਜਾਂ ਤਾਂ ਕਾਂਗਰਸ ਵਿਧਾਇਕ ਵਰਕਰਾਂ ਦੀ ਸੁਣੀ ਬਿਲਕੁਲ ਨਹੀਂ ਜਾਂਦੀ ਉਸ ਮਾਫੀਏ ਦੇ ਵਿੱਚ, ਜਾਂ ਉਹਨਾਂ ਦੀ ਸ਼ੇਅਰ ਦੇ ਕਰਕੇ ਇਹ ਸਾਰੀ ਲੜਾਈ ਹੋਈ। ਨਹੀਂ ਕਿਹੜੀ ਸਿਆਸਤ ਪਾਕ ਸਾਹਿਬ ਆ ਬੂਟਾ ਸਿੰਘ ਵਿਰਾਗੀ? ਕਾਂਗਰਸ ਕਹਿੰਦੇ ਆ ਨਸ਼ਾ ਮੁਕਤ ਕਰ ਨਹੀਂ ਸਕੀ ਪੰਜਾਬ। ਮੇਰਾ ਸਵਾਲ ਸੁਣ ਲਓ, ਸ਼੍ਰੋਮਣੀ ਅਕਾਲੀ ਦਲ ਤੇ ਸਿਆਸੀ ਪ੍ਰਸਤੀ ਦੇ ਇਲਜ਼ਾਮ ਲੱਗਦੇ ਰਹੇ ਆ, ਆਮ ਆਦਮੀ ਪਾਰਟੀ ਇਸ ਮੁੱਦੇ ਸਿਆਸਤ ਕਰਕੇ ਤੁਸੀਂ ਵੀ ਉਸ ਦਾ ਹਿੱਸਾ ਰਹੇ ਹੋ, ਉਸ ਤੋਂ ਪਾਸੇ ਹੋ ਗਈ ਬੂਟਾ ਸਿੰਘ ਵਿਰਾਗੀ, ਤੁਹਾਡੇ ਲੀਡਰ ਤੇ ਵੀ ਇਲਜ਼ਾਮ ਲੱਗੇ ਟਿਲ ਡੇਟ, ਤੁਹਾਡੇ ਲੀਡਰ ਤੇ ਵੀ ਇਲਜ਼ਾਮ ਲੱਗੇ। ਮੈਂ ਬਿਲਕੁਲ ਦੇਖੋ ਇਲਜ਼ਾਮਾਂ ਦਾ ਮੈਂ ਜਵਾਬ ਦੇਣਾ ਜ਼ਰੂਰੀ ਸਮਝੂਗਾ, ਪਹਿਲਾਂ ਮੈਂ ਉਹੀ ਦੇ ਦਾਂ। ਜਿਨ੍ਹਾਂ ਨੇ ਇਲਜ਼ਾਮ ਲਾਏ ਆ ਸੁਨੀਲ ਜਾਖੜ, ਪ੍ਰਤਾਪ ਬਾਜਵਾ ਤੇ ਨਾਗਰਾ,
ਸਟੇਟਮੈਂਟ ਦਿੰਦੇ ਆ ਉਦੋਂ 4-5 ਮਹੀਨੇ ਪਹਿਲਾਂ ਜਦੋਂ ਉਹ ਕੇਸ ਪੈ ਰਿਹਾ ਸੀ ਦੂਜੇ ਬੰਦਿਆਂ ਦੇ ਉੱਤੇ ਬਈ ਸੁਖਪਾਲ ਸਿੰਘ ਖਹਿਰਾ ਨੂੰ ਉਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਅਕਾਲੀ ਗਵਰਨਮੈਂਟ ਨੇ ਕੇਸ ਨਹੀਂ ਪਾਇਆ ਅਤੇ ਕਾਂਗਰਸ ਨੇ ਵੈਂਡੇਟਾ ਪੋਲੀਟਿਕਸ ਦੇ ਕਰਕੇ ਉਹ ਸਾਰਾ ਕੁਛ ਕੇਸ ਪਾਇਆ ਜਿਹੜਾ ਪੈਂਡਿੰਗ ਆ ਬਿਲਕੁਲ ਸਹੀ ਗੱਲ ਹੈ ਕੇ ਪੀ ਸਿੰਘ ਜੀ ਸਮੇਂ ਦੀ ਸਿਆਸਤ ਨੇ ਨਸ਼ੇ ਤੇ ਸਿਆਸਤ ਕੀਤੀ ਆ ਸਿਆਸੀਆਂ ਨੇ ਠੀਕ ਹੈ ਇੱਕ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਇਹ ਤੋਂ ਇਹਦੇ ਨਸ਼ੇ ਦੇ ਪੂਰੇ ਮੁੱਦੇ 'ਤੇ ਸਿਆਸਤ ਹੋ ਰਹੀ ਹੈ ਤੁਹਾਡੀ ਸਿਹਤ ਨਾਲ ਦਾ ਕਨੈਕਸ਼ਨ ਕੀ ਹੈਗਾ ਕੀ ਅਸੀਂ ਜਿਹੜੇ ਸਾਡੇ ਲਈ ਬਦਲ ਅਪਣਾਏ ਜਾ ਰਹੇ ਹੈਗੇ ਆ ਕੀ ਅਸੀਂ ਉਸ ਬਦਲ ਦੇ ਨਾਲ ਇਤਫਾਕ ਰੱਖਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਹੈਗਾ ਕਿ ਅਸੀਂ ਐਵੇਂ ਰੋਲਾ ਪਾਈ ਜਾਂਦੇ ਹੈਗੇ ਆ ਅਮਰੀਕਾ ਦੀ ਉਦਾਹਰਨ ਦੇ ਰਹੇ ਹੈਗੇ ਆ STF ਚੀਫ ਉਸ ਮੁੱਦੇ ਦੀ ਵੀ ਗੱਲ ਕਰਾਂਗੇ ਅਮਰੀਕਾ ਅਤੇ ਇੰਡੀਆ ਦੇ ਵਿੱਚ ਫਰਕ ਕੀ ਹੈਗਾ ਇੰਡੀਆ ਦੇ ਵਿੱਚ ਜਿਹੜਾ ਪੰਜਾਬ ਹੈਗਾ ਉਹਦੇ ਵਿੱਚ ਅੰਤਰ ਕੀ ਹੈਗਾ ਬਿਲਕੁਲ ਵਾਪਸ ਆ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਨੂੰ ਨਸ਼ੇ ਤੋਂ ਬਚਾਉਣ ਲਈ ਕਿਹੜਾ ਮਾਡਲ ਅਪਣਾਉਣ ਦੀ ਲੋੜ ਹੈਗੀ ਆ ਪਹਿਲਾਂ ਸਿਆਸਤ ਸੁਣ ਲਈਏ ਸਿਆਸਤ ਕੀ ਕਹਿੰਦੀ ਹੈਗੀ ਆ ਕਿਉਂਕਿ ਸਾਰੀ ਸਿਆਸਤ ਜਿਹੜੀ ਭਗਤੀ ਜਾ ਰਹੀ ਹੈਗੀ ਆ ਬਿਆਨ ਆ ਰਹੇ ਹੈਗੇ ਆ ਕੋਈ ਹੱਕ ਵਿੱਚ ਆ ਕੋਈ ਵਿਰੋਧ ਵਿੱਚ ਆ ਮੈਂ ਦੱਸਾਂ ਕੀ ਹੈ ਦੋਨੋਂ ਆਈ ਜੀ ਸਾਹਿਬ ਦੇ ਵੀ ਐਕੁਜ਼ੀਸ਼ਨ ਆਈ ਹੈ ਅਤੇ MLA ਦੀ ਵੀ ਐਕੁਜ਼ੀਸ਼ਨ ਆਈ ਹੈ ਮੈਂ ਕਹਿੰਦਾ ਇਹਦੀ ਸਪੈਸ਼ਲ CBI ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਦੁੱਧ ਤੇ ਦੁੱਧ ਪਾਣੀ ਤੇ ਪਾਣੀ ਨਿਕਲੇ ਕੌਣ ਡਰੱਗਸ ਵਿਕਾਉਂਦਾ ਹੈ ਕੀ MLA ਦਾ ਕਿੰਨਾ ਹਿੱਸਾ ਹੈ IG ਦਾ ਕਿੰਨਾ ਹਿੱਸਾ ਹੈ ਕਿਉਂਕਿ ਦੋਨੋਂ ਐਕੁਜ਼ੀਸ਼ਨ ਦੋਨੋਂ ਸਾਈਡ ਤੇ ਆਈ ਹੈ STF ਚੀਫ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਉਹ ਜੀ ਕਿ ਵੀ ਸਰਕਾਰ ਨੂੰ ਹੋਰ ਸੰਜੀਦਾ ਹੋਣਾ ਪੈਣਾ ਹੈਗਾ ਨਸ਼ੇ ਨੂੰ ਖਤਮ ਕਰਨ ਲਈ ਤੇ ਡਿਮਾਂਡ ਘਟਾਉਣੀ ਪੈਣੀ ਹੈ ਜੀ ਉਹਨਾਂ ਨੇ ਕੁਲਵੀਰ ਜੀ ਨੇ ਵੀ ਨਸ਼ੇ ਦਾ ਮੁੱਦਾ MLA ਦੇਖੋ ਮੇਰੀ ਗੱਲ ਨੂੰ ਸੁਣੋ ਮੈਂ ਆਇਆ ਇੱਥੇ ਇੱਕ ਪੋਜ਼ਿਟਿਵ ਵਿਕਾਸ ਦਾ ਤੁਹਾਨੂੰ ਸੁਨੇਹਾ ਦੇ ਕੇ ਹੁਣ ਤੁਸੀਂ ਮੈਨੂੰ ਇਹਦੇ ਚੁਲ ਜਾ ਕੇ ਇਹਦੀ ਹੈਡਲਾਈਨ ਲਾਉਣਾ ਚਾਹੁੰਦੇ ਹੋ ਤਾਂ ਮੈਂ ਨਹੀਂ ਦੇਣੀ ਗੱਲ ਨੂੰ ਸਮਝੋ ਇਹ ਜਵਾਬ ਮੈਂ ਨਹੀਂ ਦੇ ਸਕਦਾ ਜਿਹੜਾ ਡਿਪਾਰਟਮੈਂਟ ਜਿਹਦਾ ਹੈਗਾ ਦੇਖੋ ਜਿਹੜਾ ਇਹਦੇ 'ਤੇ ਕੰਮ ਕਰ ਰਿਹਾ ਉਹ ਤੁਹਾਨੂੰ ਪ੍ਰੋਪਰ ਜਵਾਬ ਦੇ ਸਕਦਾ ਤੁਸੀਂ ਇਹ ਮੈਂ ਕਿਹਾ ਸਰਕਾਰ ਦੇਖੋ ਮੇਰੀ ਗੱਲ ਨੂੰ ਸੁਣੋ ਜੇ ਸਰਕਾਰ ਦੇ MLA ਨੇ ਕੋਈ ਗੱਲ ਕੀਤੀ ਹੈ ਉਹ 2 ਲੱਖ ਬੰਦਿਆਂ ਦਾ ਨੁਮਾਇੰਦਾ ਹੈ ਕੋਈ ਇਹ ਥੋੜ੍ਹਾ ਨਾ ਕਿ ਕੋਈ ਐਰਾ ਗੈਰਾ ਨੱਥੂ ਖੈਰਾ 2 ਲੱਖ ਬੰਦਿਆਂ ਨੇ ਵੋਟਾਂ ਪਾ ਕੇ ਉਹਨੂੰ ਜਿਤਾਇਆ ਸਮਝਣ ਉਹਦੀ ਕੋਈ ਉਹਦਾ ਕੋਈ ਮਸਲਾ ਉਹ ਦੂਰ ਕਰਨਗੇ CM ਸਾਹਿਬ ਵੀ ਦੂਰ ਕਰਨਗੇ ਜਾਖੜ ਸਾਹਿਬ ਨੇ ਬੁਲਾਇਆ ਸੀ ਕੱਲ੍ਹ ਮੀਟਿੰਗ ਚੱਲ ਰਹੀ ਸੀ ਮਸਲੇ ਐਂ ਥੋੜ੍ਹਾ ਨਾ ਸੁਲਝਦੇ ਟੇਬਲ 'ਤੇ ਹੀ ਸੁਲਝਦੇ ਨਾ ਸੁਲਝਾ ਦੇਵਾਂਗੇ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ 4 ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰਕੇ ਰਹਾਂਗਾ ਜਦੋਂ ਸਰਕਾਰ ਚਾਹਵਾਂਗਾ ਅੱਜ 2 ਸਾਲ ਬੀਤਣ ਅੱਗੇ ਨਸ਼ੇ ਉੱਤੇ ਸਰਕਾਰ ਚੁੱਪ ਕਿਉਂ ਹੈ ਲੇਕਿਨ ਦੋਨੋਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਵੀ ਦੋਸ਼ੀ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਪੰਜਾਬ ਦੀ ਸਰਕਾਰ ਨੂੰ ਸਾਡੀ ਸਲਾਹ ਛੱਡੋ ਆਪਣੇ ADGP ਦੀ ਸਲਾਹ ਮੰਨ ਲਓ ਸੰਜੀਦਾ ਤਾਂ ਹੋਵੋ ਕੈਪਟਨ ਸਾਹਿਬ ਨੂੰ ਸ਼ਾਇਦ ਹੈ ਵਾਅਦਾ ਹੀ ਭੁੱਲ ਗਿਆ ਹੋਏਗਾ ਇਹ ਗੱਲ ਹੀ ਭੁੱਲ ਗਈ ਹੋਏਗੀ ਔਰ ਕੁੰਭਕਰਨ 'ਚ ਬੈਠੀ ਕੈਪਟਨ ਸਰਕਾਰ ਜਾਗੇ ਔਰ ਇਹਦੇ 'ਤੇ ਕਾਰਵਾਈ ਕਰੇਗੀ ਹਾਂ ਡਾਕਟਰ ਗਰਗ ਮੈਨੂੰ ਇੱਕ ਤੁਹਾਡੇ ਤੋਂ ਟੈਕਨੀਕਲ ਚੀਜ਼ ਸਮਝ ਨਹੀਂ ਹੈਗੀ ਆ STF ਚੀਫ ਨੇ ਇੱਕ ਵੱਡਾ ਬਿਊਰੋ ਦਿੱਤਾ ਹੈਗਾ ਵੀ ਅਸੀਂ ਕੀ ਕੁਛ ਕੀਤਾ ਮੇਰੇ ਕੋਲ ਪੂਰੀ ਰਿਪੋਰਟ ਹੈਗੀ ਸ਼ਾਇਦ ਤੁਸੀਂ ਪੜ੍ਹ ਲਈ ਮੇਰੇ ਕੋਲ ਵੀ ਆ ਹੈ ਵੀ ਇੱਕ ਉਹਨਾਂ ਨੇ ਮੈਡੀਸਨ ਦਾ ਹਵਾਲਾ ਦਿੱਤਾ ਉਹ ਤੁਸੀਂ ਜ਼ਿਆਦਾ ਮੈਨੂੰ ਬਿਪਰੀਨੋਰਫਨ ਉਹਨਾਂ ਦੀ ਗੱਲ ਕੀਤੀ ਹੈ ਉਹ ਇੱਕ ਰਿਪੋਰਟ ਇਹ ਆ ਗਈ ਹੈਗੀ ਹੈ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ FDA ਵੱਲੋਂ ਉਹ ਕਹਿੰਦੇ ਆ ਕਿ 6 ਕਰੋੜ ਆ ਜਿਹੜੇ ਉਹਦੀ ਸਾਲਾਨਾ ਵਰਤੋਂ ਹੋਈ ਹੈ 2017 ਦੇ ਵਿੱਚ ਜੇ ਐਂਟੀ ਡਰੱਗ ਇਹਨੂੰ ਡੀ ਅਡਿਕਸ਼ਨ ਲਈ ਮੰਨਿਆ ਜਾ ਰਿਹਾ ਹੈਗਾ ਫਿਰ ਇਸ ਦੀ ਵਰਤੋਂ ਕਿਉਂ ਵਧੀ ਹੈਗੀ ਆ ਇਹ ਟੈਕਨੀਕਲ ਮੈਨੂੰ ਜਵਾਬ ਦੇ ਦਿਓ ਥੋੜ੍ਹਾ ਜਿਹਾ ਦੇਖੋ ਜਿਸ ਤੱਕ ਸਵਾਲ ਹੈ ਨਾ ਈਵਨ ਇੱਕ ਮਰੀਜ਼ ਨੂੰ 100 ਗੋਲੀ ਤੱਕ ਦਿੱਤੀ ਜਾ ਸਕਦੀ ਹੈ ਇਹਨਾਂ ਦਾ ਕਲੇਮ ਹੈ ਵੀ ਸਾਰੇ ਜਿਹੜੇ ਸੈਂਟਰ ਨੇ ਇਹਨਾਂ 'ਚ 4.5 ਲੱਖ ਮਰੀਜ਼ ਇਹਨਾਂ ਕੋਲ ਆਇਆ ਜੇ 4.5 ਉਹ ਵੀ ਐਟ ਏ ਟਾਈਮ ਉਸ ਤੋਂ ਅੱਗੇ ਉਹਦਾ 1 ਮਹੀਨਾ ਡੀ ਅਡਿਕਸ਼ਨ ਦਾ ਪ੍ਰੋਗਰਾਮ ਚੱਲਦਾ ਹੈ ਉਹਦੇ 2 ਮਿਲੀਗ੍ਰਾਮ ਤੋਂ ਲੈ ਕੇ 4-8 ਮਿਲੀਗ੍ਰਾਮ ਅਸੀਂ ਸ਼ੁਰੂ ਕਰਦੇ ਹਾਂ 8 ਤੋਂ ਬਾਅਦ ਫਿਰ 12 ਕਰ ਦਿੰਦੇ ਹਾਂ ਜੇ ਉਸ 8 ਨਾਲ ਨਾ ਕੰਟਰੋਲ ਹੋਵੇ ਫਿਰ 16 ਤੋਂ ਵੱਧ ਨਹੀਂ ਦਿੰਦੇ 16 ਮਿਲੀਗ੍ਰਾਮ ਤੱਕ ਜਾਂਦੀ ਹੈ ਸੋ ਇਹਦਾ ਮਤਲਬ ਉਸਨੂੰ 8 ਟੈਬਲੇਟ ਤੱਕ ਦਿਨ ਦੇ ਵਿੱਚ 2-3 ਵਾਰੀ 'ਚ ਡੋਜ਼ ਦੇ ਹਿਸਾਬ ਨਾਲ 4.5 ਲੱਖ ਤੁਸੀਂ ਕਹਿ ਰਹੇ ਹੋ ਇਹਨਾਂ ਕੋਲ ਇਹ ਕਹਿੰਦੇ ਨੇ ਵੀ ਅਸੀਂ 4.5 ਲੱਖ ਮਰੀਜ਼ ਦਾ ਪਹਿਲਾਂ ਕਾਹਦੀ ਕਹਿੰਦੇ ਸੀ ਵੀ 6.5 ਲੱਖ ਦਾ ਆਊਟਡੋਰ ਟ੍ਰੀਟਮੈਂਟ ਕਰਿਆ ਇਹ ਕਹਿੰਦੇ ਨੇ ਸਾਡੇ ਕੋਲ ਕਿੰਨੀ ਦੇਰ ਦੇ ਵਿੱਚ ਟਾਈਮ ਡਿਊਰੇਸ਼ਨ ਹੈ ਪਿਛਲੇ 1 ਸਾਲ 'ਚ 1 ਸਾਲ 1,12,000 ਸਾਡੇ ਕੋਲ ਆਏ ਨੇ ਸਾਡੇ ਸਰਕਾਰੀ ਸੈਂਟਰਾਂ 'ਚ 2 ਲੱਖ ਅਤੇ 37,000 ਕਿੰਨੇ ਆਏ ਨੇ ਸਾਡੇ ਇਹਨਾਂ ਦੇ ਪ੍ਰਾਈਵੇਟ ਸੈਂਟਰਾਂ 'ਚ ਅਤੇ ਨਾਲ ਬਾਕੀ ਕੁਛ ਅਸੀਂ ਇਨਡੋਰ ਟ੍ਰੀਟ ਕਰੇ ਨੇ ਅਤੇ ਇਹ ਜਿਹੜੀਆਂ ਗੋਲੀਆਂ ਦੀ ਵਰਤੋਂ ਦੀ ਗਿਣਤੀ ਹੈ ਇਹਦੇ ਵਿੱਚ ਵੱਡਾ ਜਿਹੜਾ ਇੱਕ ਹੋਰ ਪਾਰਟ ਹੈ ਇਸੇ ਰਿਪੋਰਟ ਦਾ ਉਹ ਰਿਪੋਰਟ ਦਾ ਪਾਰਟ ਇਹ ਹੈ ਕਿ ਜੋ 75% ਜਿਹੜੀਆਂ ਗੋਲੀਆਂ ਨੇ ਉਹ ਪ੍ਰਾਈਵੇਟ ਸੈਂਟਰਾਂ ਨੇ ਵਰਤੀਆਂ ਨੇ ਕੁਛ ਗਿਣਤੀ ਦੀਆਂ ਨੇ ਉਹ ਜਿਹੜੇ ਪ੍ਰਾਈਵੇਟ ਸੈਂਟਰ ਨੇ ਉਹਨਾਂ ਨੇ ਮਰੀਜ਼ ਤਕਰੀਬਨ 2x ਟ੍ਰੀਟ ਕਰੇ ਨੇ ਅਤੇ ਗੋਲੀਆਂ 75% ਵਰਤੀਆਂ ਨੇ ਇਹ ਤੋਂ ਇੱਕ ਡਾਊਟ ਪੈਦਾ ਹੁੰਦਾ ਹੈ ਵੀ ਪ੍ਰਾਈਵੇਟ ਸੈਂਟਰ ਕਿਵੇਂ ਵਰਤਦੇ ਨੇ ਦੂਜੀ ਗੱਲ ਇਹ ਹੈ ਡਾਊਟ ਕੀ ਪੈਦਾ ਹੁੰਦਾ ਡਾਕਟਰ ਡਾਊਟ ਇਹ ਪੈਦਾ ਹੁੰਦਾ ਵੀ ਉਹ ਮਿਸਯੂਜ਼ ਹੋ ਰਹੀ ਹੈ ਗੋਲੀ ਇੱਥੇ ਖਰੜ ਦੇ ਵਿੱਚ ਸੈਂਟਰ ਫੜਾ ਗਿਆ ਇਹ ਇਹਨਾਂ ਦੀ ਆਪਦੀ ਰਿਪੋਰਟ ਸੁਣ ਲਓ ਇਹਨਾਂ ਨੂੰ ਨਾ ਰੀਹੈਬਲੀਟੇਸ਼ਨ
तो ड्रग डी एडिक्शन सेंटर का डिफरेंसीएशन नहीं क्लीयर करते आज इन्हों की रिपोर्ट पई है जी तुम गल कर दो ये लिखे परसन ट्रीटड इन गवर्नमेंट रीहैबिलिटेशन सेंटर नो रीहैबिलिटेशन सेंटर कैन ट्रीट ए ड्रग एडिक्ट दे कैन ओनली रीहैबिलिटेट आफ्टर डी इंटॉक्सिकेशन परसन ट्रीटड इन प्राइवेट रीहैबिलिटेशन सेंटर्स परसन ट्रीटड इन प्राइवेट डी एडिक्शन सेंटर्स यदा मतलब इन्हों ये पता भी डी एडिक्शन भी कोई सेंटर है तो रीहैबिलिटे वो कहते हैं रीहैबिलिटेशन जिम्मे अं ट्रीट कर रहे हैं रीहैबिलिटेशन सेंटर ना गवर्नमेंट का ट्रीट कर सकता ना क्योंकि उस नॉर्म ही होर ने नोटिफिकेशन हुई हुई है रूल ने सो ये असी ना कई बार जिहड़ियां टेक्निकल टर्म्स ने उन्होंने लूज टर्म च यूज़ करके ये भी सियासती है मैं कहूँगा मैं पहली गल एक मैं स्टेटमेंट देनी चाहना भी जो नशे ने डेफिनेटली एक सियासी मुद्दा है और ये सियासत की वचनबद्धता की लोड़ है कि असी इन खत्म करना है ये सियासत तो बगैर नहीं खत्म होना टेक्निकल बंद डॉक्टर ने की है डीटॉक्सीफिकेशन कर देंगे ड्रग वाले ड्रग न कंट्रोल कर लेंगे पुलिस वाले फड़ के अंदर कर देंगे पर उस तो फैसला यह होना चाहिए सियासी तौर पर भी हाँ ये करना मेरी गल तो सुन लो ना जी है चीफ सियासी तू माड़ा मैं माड़ा वो माड़ा वो माड़ा ये सस्ती सियासत है ये नशा बंद करने की सियासत नहीं सियासत तो वचनबद्धता की लोड़ है सारिया पार्टियों ने कहना पार एक बड़ी वीड्डी समस्या पंजाब की पहली सरकार ਇਹ ਕਹਿੰਦੀ ਰਹੀ ਕਿ ਜੀ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬ 'ਚ ਨਸ਼ੇ ਹੈ ਹੀ ਨਹੀਂ 6.5 ਲੱਖ ਮਰੀਜ਼ ਆਪ ਹੀ ਲਿਖਿਆ ਅੰਮ੍ਰਿਤ ਕੋਲ ਰਿਪੋਰਟ ਪਈ ਇਹਨਾਂ ਦੀ ਵੀ ਅਸੀਂ 6.5 ਲੱਖ ਆਊਟਡੋਰ 'ਚ ਟ੍ਰੀਟ ਕਰਿਆ ਜੇ ਨਸ਼ੇ ਹੈ ਹੀ ਨਹੀਂ ਸੀਗੇ ਕਲਾਫੀਨ ਦਾ 6.5 ਲੱਖ ਕਿਵੇਂ ਆ ਗਿਆ ਫਿਰ ਦੂਜੀ ਸਰਕਾਰ ਇਹ ਕਹਿੰਦੀ ਰਹੀ ਵੀ ਹਰ ਘਰ 'ਚ ਨਸ਼ਾ ਹੈ ਆਹ ਰਿਪੋਰਟ ਇਹੀ ਜਿਹੜੀ ਤੁਸੀਂ ਮੁਸਤਫਾ ਜੀ ਵਾਲੀ ਰਿਪੋਰਟ ਦੀ ਗੱਲ ਕਰਦੇ ਹੋ ਇਹ ਕਹਿੰਦੇ ਅਸੀਂ 4 ਲੱਖ ਘਰਾਂ ਨੂੰ ਆ 4 ਲੱਖ ਮਰੀਜ਼ ਟ੍ਰੀਟ ਕਰਿਆ ਨਾ ਜੇ ਹਰ ਘਰ 'ਚ ਉਹ ਤਾਂ ਫਿਰ ਬਾਕੀ ਕਿੱਥੇ 56 ਲੱਖ ਘਰ 'ਚੋਂ 52 ਲੱਖ ਘਰਾਂ ਦਾ ਨਸ਼ਾ ਕਿੱਥੇ ਹੈ ਸੋ ਇਹ ਉਹ ਕਹਿੰਦੇ ਨੇ ਹਰ ਘਰ 'ਚ ਨਸ਼ਾ ਜੀ ਹਰ ਦੂਜੇ ਘਰ 'ਚ ਨਸ਼ਾ ਜੀ ਹਰ ਤੀਜੇ ਘਰ 'ਚ ਨਸ਼ਾ ਜੀ 70% ਅਡਿਕਟ ਨੇ ਉਹ ਵੀ ਗਲਤ ਸੀ ਜਿਹੜੇ ਕਹਿੰਦੇ ਇੱਥੇ ਨਸ਼ਾ ਹੈ ਨਹੀਂ ਉਹ ਵੀ ਗਲਤ ਸੀ ਨਸ਼ਾ ਹੈਗਾ ਡਾਕੂਮੈਂਟਡ ਰਿਪੋਰਟਸ ਨੇ ਕਿ 22 ਲੱਖ ਬੰਦਾ ਸ਼ਰਾਬ ਨੂੰ ਅਡਿਕਟ ਹੈ ਕਿਸੇ ਵੀ ਪਾਰਟੀ ਨੇ ਕਿਸੇ ਵੀ ਸਿਆਸਤ ਨੇ ਮੰਨਿਆ ਹੀ ਨਹੀਂ ਵੀ ਸ਼ਰਾਬ ਵੀ ਇੱਕ ਨਸ਼ਾ 16 ਲੱਖ ਬੰਦਾ ਸਾਡੇ ਤਾਂ ਸਿਹਤ ਮੰਤਰੀ ਨਹੀਂ ਮੰਨਦੇ ਸੀ ਗੱਲ ਹਾਂ 16 ਲੱਖ ਬੰਦਾ ਤੰਬਾਕੂ ਨੂੰ ਅਡਿਕਟ ਹੈ ਇਹਨੂੰ ਵੀ ਨਹੀਂ ਮੰਨਦੇ ਇਹ ਸਿਰਫ 2,82,000 ਬੰਦਾ ਫੀਮੀ ਪਦਾਰਥਾਂ ਨੂੰ ਹੈਰੋਇਨ ਭੋਕੀ ਹਸ਼ੀ ਜੇ ਵੋ ਇਹਨਾਂ ਨੂੰ ਅਡਿਕਟ ਹੈ ਅਤੇ 8 ਲੱਖ ਬੰਦਾ ਇਹ ਖਾਂਦਾ ਖਾਣ ਵਾਲੇ ਨੂੰ ਅਡਿਕਟ ਨਹੀਂ ਸੀ ਕਹਿੰਦੇ ਅਡਿਕਟ ਉਹਨੂੰ ਕਹਿੰਦੇ ਆ ਡਾਕਟਰੀ ਟਰਮ 'ਚ ਜਿਹਦਾ ਸਰੀਰ ਉਦੋਂ ਬਗੈਰ ਕੰਮ ਹੀ ਨਾ ਕਰੇ ਜਿਹਨੂੰ ਤਲਬ ਲੱਗਦੀ ਹੋਵੇ ਉਦੋਂ ਬਿਨਾਂ ਕੰਮ ਨਹੀਂ ਤਲਬ ਤਾਂ ਚਲੋ ਦੂਜੇ ਨੂੰ ਵੀ ਮਾੜੀ ਮੋਟੀ ਲੱਗ ਸਕਦੀ ਹੈ ਪਰ ਉਹ ਕੰਮ ਕਰਦਾ ਉਹ ਕੰਮ ਹੀ ਨਹੀਂ ਕਰ ਸਕਦਾ ਉਸ ਤੋਂ ਬਿਨਾਂ ਗੋਲੀ ਤੋਂ ਬਿਨਾਂ ਸਾਰ ਹੀ ਨਹੀਂ ਸਕਦਾ ਨਸ਼ੇ ਤੋਂ ਬਿਨਾਂ ਸਾਨੂੰ ਪੜ੍ਹਾਉਂਦੇ ਸੀ ਗੋਲੀ ਟੂ ਗੋੜਾ ਜਿਹੜੇ ਕਹਿੰਦਾ ਫੀਮ ਦੇ ਦਿਉ ਉਹ ਗੋਲੀ 'ਤੇ ਨਹੀਂ ਰਹਿੰਦਾ ਉਹ ਰੋਜ਼ ਵੱਧਦੀ ਹੈ ਡੋਜ਼ ਉਹਦੀ ਅਡਿਕਸ਼ਨ ਦਾ ਹੀ ਮਤਲਬ ਹੈ ਇੱਕ ਟਿੱਕਾ ਲਾਉਂਦਾ ਫਿਰ ਦੋ ਲਾਉਂਦਾ ਫਿਰ 3 ਲਾਉਂਦਾ ਫਿਰ 4 ਲਾਉਂਦਾ ਫਿਰ 5 ਲਾਉਂਦਾ ਪੰਜਾਬ 'ਚ ਕਿੰਨੇ ਲੋਕ ਮਰਦੇ ਪਏ ਰੋਜ਼ਾਨਾ ਮੈਂ ਗਰਗ ਸਾਹਿਬ ਮੈਂ ਇਸ ਗੱਲ ਦੇ ਉੱਤੇ ਆਉਣਾ ਤੁਸੀਂ ਮਰਦਿਆਂ ਦੀ ਗਿਣਤੀ ਆਪ ਹੀ ਕੱਢੀ ਜਾਇਓ ਪੰਜਾਬ ਦੇ ਵਿੱਚ 11 ਜਨਵਰੀ ਦੀ ਸਰਕਾਰ ਦੇ ਆਪਦੇ ਹੈਲਥ ਡਿਪਾਰਟਮੈਂਟ ਦੀ ਰਿਪੋਰਟ ਹੈ ਕਿ 56,654 ਕੇਸ ਕਾਲੇ ਪੀਲੀਏ ਦੇ ਹੋ ਗਏ ਆਹ 11 ਜਨਵਰੀ ਤੱਕ ਠੀਕ ਹੈ ਇਹ ਜਿਹੜੇ ਕਾਲੇ ਪੀਲੀਏ ਦੇ ਕੇਸ ਨੇ ਇਹ ਸਰਿੰਜ ਜੇ ਪੀਲੀਏ ਵਾਲੇ ਮਰੀਜ਼ ਦੀ ਸਰਿੰਜ ਦੂਜੇ ਦੇ ਲਾਈ ਜਾਵੇ ਉਹ ਸਰਿੰਜਾਂ ਜਿਹੜੀਆਂ ਬਿਨਾਂ ਵਾਲੇ ਉਹੀ ਵਾਰ ਵਾਰ ਸਰਿੰਜ ਵਰਤਦੇ ਨੇ ਉਹ ਡਾਕਟਰ ਨਹੀਂ ਵਰਤਦੇ ਉਹ ਹੈਲਥ ਵਾਲੇ ਨਹੀਂ ਵਰਤਦੇ ਈਵਨ ਪ੍ਰਾਈਵੇਟ ਪ੍ਰੈਕਟੀਸ਼ਨਰ ਨਹੀਂ ਵਰਤਦੇ ਉਹ ਵੀ ਆਲ ਬੁਲ ਕੇ ਵਰਤਦੇ ਨੇ ਆਪੇ ਐਂ ਸਰਿੰਜ ਵਰਤਣੀ ਨਸ਼ੇ ਦੀ ਉਹ ਬਹੁਤੇ ਵਰਤਦੇ ਨੇ ਥੋੜ੍ਹਾ ਕਾ ਜੇ ਆਪਾਂ ਇਹਦੇ 'ਚੋਂ 10% ਕੱਢ ਵੀ ਦਈਏ 5,000 ਨੂੰ ਦੇ ਦਈਏ ਵੀ ਚਲੋ ਹੋਰ ਤਰ੍ਹਾਂ ਹੋ ਗਿਆ ਹੋਊ ਤਾਂ ਵੀ 50,000 ਮਰੀਜ਼ ਜਿਹੜਾ ਹੈ ਉਹ ਤਾਂ ਇਹਦੇ ਨਸ਼ੇ ਕਰਕੇ ਹੈ ਸਰਕਾਰ ਕਹਿੰਦੀ ਨਸ਼ਾ ਹੈ ਨਹੀਂ ਦੂਜੀ ਗੱਲ ਮੈਂ ਕਿਵੇਂ ਕਹਿਣਾ ਵੀ ਇਹ ਸਿਆਸਤ ਰੰਗਣਾ ਇਹ ਸਾਰੀ ਰਿਪੋਰਟ ਪੜ੍ਹ ਰਿਹਾ ਸੀ ਵੀ ਕਹਿੰਦੇ ਕੀ ਨੇ ਇਹ ਕਹਿੰਦੇ ਜੀ ਅਸੀਂ ਨਾ 26,84,000 ਬੱਚੇ ਨੂੰ ਨਸ਼ੇ ਬਾਰੇ ਅਵੇਅਰ ਕਰਤਾ ਪੰਜਾਬ ਦੇ ਵਿੱਚ 60 ਲੱਖ ਬੱਚਾ ਸਣੇ ਕਾਲਜਾਂ ਸਣੇ ਸਕੂਲਾਂ ਪ੍ਰਾਈਵੇਟ ਸਰਕਾਰੀ ਰਲਾ ਕੇ ਪੜ੍ਹ ਰਿਹਾ ਉਹ 60 ਲੱਖ 'ਚੋਂ ਕਹਿੰਦੇ 26,84,000 ਤੋਂ ਅਸੀਂ ਅਵੇਅਰ ਕਰਤਾ ਹੁਣ ਇਹ ਅਵੇਅਰਨੈਸ ਦੀ ਡੈਫੀਨੇਸ਼ਨ ਕੀ ਲੈਂਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਲੈਕਚਰ ਦਿੱਤਾ ਉਹ ਅਵੇਅਰ ਹੋ ਗਿਆ ਇਹ ਕੋਈ ਮੈਂ ਹੈਰਾਨ ਹਾਂ ਵੀ ਜਿਹੜੇ ਬੰਦੇ ਇਹੋ ਜਿਹੀ ਸਟੇਟਮੈਂਟ ਨੂੰ ਮੰਨਣ ਨੂੰ ਤਿਆਰ ਨੇ ਤੁਸੀਂ ਕਹਿਤਾ ਛੋਟੀ ਜਿਹੀ ਇੱਕ ਉਦਾਹਰਨ ਦਊਂਗਾ ਇੱਕ ਮੈਂ ਅੱਧਾ ਮਿੰਟ ਹੀ ਰਹੂੰਗਾ ਜੀ ਠੀਕ ਹੈ ਮੈਂ ਪਠਾਨਕੋਟ ਇੱਕ ਕਲਾਸ ਲੈ ਰਿਹਾ ਸੀ ਸਟੂਡੈਂਟ ਨੂੰ ਪੁੱਛਿਆ ਵੀ ਇਹਦਾ ਨੀਵੇਂ ਕਿਵੇਂ ਦੂਰ ਕਰੇਗਾ ਫਾਈਨਲ ਈਅਰ ਦਾ ਸਟੂਡੈਂਟ ਕਹਿੰਦਾ ਜੀ ਇਹਨੂੰ ਮੈਂ ਕਹੂੰਗਾ ਅੰਗਰੇਜ਼ੀ 'ਚ ਕਿਹਾ ਚਲੋ ਮੈਂ ਪੰਜਾਬ ਵੀ ਗੁੜ ਖਾ ਅਤੇ ਲੱਸੀ ਪੀ ਮੈਂ ਤੇਰੇ ਕਹੇ ਤੋਂ ਮੰਨ ਲੂ ਕਹਿੰਦਾ ਹਾਂਜੀ ਮੰਨ ਲੂ
ਉਹ ਮੈਂ ਕਿਹਾ ਭਾਈ ਉੱਥੇ ਤਾਂ ਲਿਖਿਆ ਵੀ ਲੱਸੀ ਮੇਲੇ ਪੀਣ ਨੂੰ ਅਤੇ ਗੁੜ ਮੇਲੇ ਖਾਣ ਨੂੰ, ਫਿਰ ਵੇਖ ਮੇਰੀ ਤਰ੍ਹਾਂ ਮੇਰੀ ਲੋਹੇ ਵਰਗੀ ਜਾਨ ਨੂੰ, ਇਹ ਤਾਂ ਖਾਣ ਹੈ ਪੰਜਾਬ ਦਾ, ਜੇ ਉਸ ਖਾਣ 'ਤੇ ਵੀ ਉਹ ਗੁੜ 'ਤੇ ਲੱਸੀ ਨਹੀਂ ਵਰਤ ਰਿਹਾ ਤੇਰੇ ਕਿਸੇ ਤੋਂ ਕਿਵੇਂ ਵਰਤ ਲੂ? ਮੇਰਾ ਸਵਾਲ ਬੜਾ ਸਪਲਾਈ ਚੇਨ ਜਿੰਨਾ 'ਚ ਕੰਨੇ ਟੁੱਟੇਗੀ, ਇਹ ਗੁੜ ਲੱਸੀ ਜਿਹੜਾ ਨਸ਼ੇ ਵਾਲਿਆ ਉਹ ਮਿਲਦਾ ਰਹੂਗਾ? ਮੈਂ ਕਹਿੰਦਾ ਕਦੀ ਸਪਲਾਈ ਚੇਨ ਤੋੜਨ ਦੀ ਗੱਲ ਨਹੀਂ, ਤੁਸੀਂ ਸਪਲਾਈ ਚੇਨ ਤੋੜ ਦੋਗੇ ਬੰਦੇ ਮਾਰਨੇ ਨੇ, ਇੱਥੇ ਇਹਨੇ ਫਿਰੋਜ਼ਪੁਰ ਦੇ ਡੀ ਆਈ ਜੀ ਨੇ ਕਹਿਤਾ ਸਰਿੰਜਾ ਬੰਦ, ਇੱਥੇ ਗੁਰਪ੍ਰੀਤ ਸਪਰਾ ਮੋਹਾਲੀ ਉਹ ਕਹਿੰਦੇ ਸਰਿੰਜਾ ਬੰਦ, ਮੈਂ ਕਹਿੰਦਾ ਮੈਂ ਨਸ਼ੜੀਆਂ, ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ, ਹਿਊਮਨ ਰਾਈਟ ਦਾ ਕੁਐਸਚਨ ਹੈ, ਮੈਂ ਨਸ਼ੜੀਆਂ ਮੈਂ 10 ਟੀਕੇ ਰੋਜ਼ ਲਾਉਣਾ, ਕਿਸੇ ਵੀ ਡੀ ਸੀ ਨੂੰ, ਕਿਸੇ ਵੀ ਸੀ ਐੱਮ ਨੂੰ, ਕਿਸੇ ਵੀ ਕੋਰਟ ਨੂੰ, ਜਿੰਨਾ ਚਿਰ ਮੇਰੇ 'ਤੇ ਵਿਧੀਵਤ ਮੁਕੱਦਮਾ ਨਹੀਂ ਚੱਲਦਾ, ਮੈਨੂੰ ਟੀਕਿਆਂ ਤੋਂ ਵਾਂਝੇ ਕਰਕੇ ਮਾਰਨ ਦਾ ਕਿੱਥੋਂ ਅਧਿਕਾਰ ਮਿਲ ਗਿਆ? ਜਦਕਿ ਜੇ ਟੀਕਾ ਮੇਰੇ ਨਾਲ ਗਿਆ ਮੈਂ ਮਰ ਜਾਵਾਂਗਾ, ਉਹਨਾਂ ਨੂੰ ਮੈਨੂੰ ਮਾਰਨ ਦਾ ਲਾਇਸੈਂਸ ਕਿੱਥੋਂ ਮਿਲ ਗਿਆ? ਮੇਰਾ ਰਾਈਟ ਹੈ ਟੂ ਲਿਵ ਅੰਡਰ ਦੀ ਕੰਸਟੀਟਿਊਸ਼ਨ। ਸੋ ਇਹੋ ਜਿਹੀਆਂ ਗੱਲਾਂ ਅਸੀਂ ਕਰਦੇ ਹਾਂ, ਇਹਦੇ ਵਿੱਚ ਲੋੜ ਕਿੱਥੇ ਹੈ? ਲੋੜ ਇੱਥੇ ਵੀ ਸਾਰੇ ਕਹਿੰਦੇ ਨੇ ਅਸੀਂ ਡੀ ਓਜ਼ ਨੂੰ ਮੜਾਇਆ, ਮੇਰੀ ਇੱਕ ਬੇਨਤੀ ਹੈ ਜਸਟ ਇੱਕ ਬੈਂਚ ਹੀ 26,84,000 ਬੰਦੇ ਨੂੰ ਕਹਿੰਦੇ ਬੱਚੇ ਨੂੰ ਅਸੀਂ ਟ੍ਰੇਨ ਕਰਤਾ, ਐਂ ਕਰੋ ਇੱਥੇ ਕੁਰਾਲੀ ਮੋਰਿੰਡੇ ਮੋਹਾਲੀ ਤੁਸੀਂ ਆ ਡੇਰਾ ਦੱਸੀ ਬਨੂੜ ਕਿਤੇ ਫੋਨ ਕਰਕੇ ਪੁੱਛ ਲਓ ਕਿਸੇ ਸਕੂਲ 'ਚ ਵੀ ਭਾਈ ਤੁਹਾਨੂੰ ਕੁਛ ਪਤਾ ਨਸ਼ੇ ਬਾਰੇ, ਜੇ ਮਾਸਟਰ ਵੀ ਦੱਸ ਗਏ ਫਿਰ ਸਿੱਧਾ ਦੱਸੋ ਨਾ ਡਾਟਾ ਕਰਕੇ ਸਰਕਾਰ ਝੂਠ ਬੋਲਦੀ ਪਈ, ਐਸ ਟੀ ਐਫ ਚੀਫ ਮੈਂ ਮੈਂ ਇਹ ਗੱਲ ਹੀ ਨਹੀਂ ਕਹਿੰਦਾ, ਤੁਸੀਂ ਜੇ ਜੇ ਝੂਠ ਸੱਚ ਕਰੋਗੇ ਤਾਂ ਕੋਈ ਵੀ ਝੂਠ ਨਹੀਂ ਬੋਲਦਾ, ਕੋਈ ਵੀ ਸੱਚ ਨਹੀਂ ਬੋਲਦਾ, ਕਿਵੇਂ ਇਹਨਾਂ ਨੇ ਲੈਕਚਰ ਦੇ ਤੇ ਅਵੇਅਰ ਨਹੀਂ ਹੋਏ ਉਹ? ਹੁਣ ਲੈਕਚਰ ਤਾਂ ਦਿੱਤੇ ਨੇ ਪਰ ਅਵੇਅਰ ਹੋਏ ਨਹੀਂ, ਫਾਰਮੈਲਿਟੀ ਕੀਤੀ ਹੈ, ਫਾਰਮੈਲਿਟੀਆਂ ਨੇ। ਛੋਟਾ ਜਿਹਾ ਛੋਟਾ ਬ੍ਰੇਕ ਲੈਂਦੇ ਹਾਂ, ਅਸੀਂ ਫਾਰਮੈਲਿਟੀ ਨਹੀਂ ਕਰਾਂਗੇ, ਅਸੀਂ ਮੁੱਦੇ ਦੀ ਤਹਿ ਤੱਕ ਜਾਵਾਂਗੇ, ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਸ ਵਿੱਚ ਤਾਲਮੇਲ ਕਿੰਨਾ ਹੈਗਾ, ਨਸ਼ੇ ਨੂੰ ਜੇ ਸਿਆਸੀ ਰੰਗ ਦਿੱਤੀ ਜਾ ਰਹੀ ਹੈ ਅਸਲ ਵਿੱਚ ਨਸ਼ੇ ਦੀ ਕੌੜੀ ਸੱਚਾਈ ਹੈ, ਕੌੜੀ ਹਕੀਕਤ ਹੈ ਜਿਹੜੀ ਉਹ ਪੰਜਾਬ ਵਿੱਚ ਕਿੰਨੀ ਹੈਗੀ ਹੈ ਅਤੇ ਪੰਜਾਬ ਨੂੰ ਕਿਹੜੇ ਮਾਡਲ ਦੀ ਜ਼ਰੂਰਤ ਹੈਗੀ। ਬ੍ਰੇਕ ਤੋਂ ਵਾਪਸ ਆ ਗਏ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਪੰਜਾਬ ਦੇ ਵਰਤਮਾਨ ਦੇ ਭਵਿੱਖ ਨੂੰ ਨਸ਼ੇ ਤੋਂ ਬਚਾਉਣ ਲਈ ਕਿਹੜਾ ਮਾਡਲ ਅਪਣਾਉਣ ਦੀ ਲੋੜ ਹੈਗੀ ਹੈ? ਤਾਰਾ ਸੰਧੂ, ਐਸ ਟੀ ਐਫ ਚੀਫ ਜਦੋਂ ਇਹ ਗੱਲ ਕਹਿਣ ਕਿ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ, ਐਸ ਟੀ ਐਫ ਤਾਂ ਸਿਰਫ ਮੋਨੀਟਰਿੰਗ ਕਰਨ ਵਾਸਤੇ ਹੈਗੀ ਹੈ, ਇੱਕ ਪਾਸੇ ਜਦੋਂ ਡਾਕਟਰ ਗਰਗ ਹਰੀ ਇਹ ਗੱਲ ਕਹਿਣ, ਇਹਨਾਂ ਬੜਾ ਲੰਬਾ ਤਜਰਬਾ ਹੈਗਾ, ਤੁਸੀਂ ਇਹਨਾਂ ਨੂੰ ਚੈਲੇਂਜ ਕਰਨਾ ਤਾਂ ਕਰ ਦਿਓ ਜੀ। ਸਵਾਲ ਇਹ ਹੈਗਾ ਜਦੋਂ ਡਾਕਟਰ ਗਰਗ ਇਹ ਕਹਿਣ ਕਿ ਅਵੇਅਰਨੈਸ ਦੇ ਨਾਂ 'ਤੇ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਇਹਦਾ ਮਤਲਬ ਐਸ ਟੀ ਐਫ ਚੀਫ ਨੇ ਵੀ ਇਹ ਬਿਆਨ ਦੇ ਕੇ ਸਿਰਫ ਖਾਨਾ ਪੂਰਤੀ ਕੀਤੀ ਹੈ? ਨਹੀਂ, ਜਿਹੜੀ ਜਦੋਂ ਹਰਪ੍ਰੀਤ ਸਿੱਧੂ ਹੋਰੀ ਐਸਟੀਐਫ ਦੇ ਮੁਖੀ ਸੀ, ਉਹਨਾਂ ਨੇ ਇੱਕ ਵੱਡੀ ਪ੍ਰੋਗਰਾਮ ਚਲਾਇਆ ਸੀ, ਉਹਨੇ ਰਿਜ਼ਲਟ ਬਹੁਤ ਅੱਛੇ ਕੱਢੇ ਸੀ, ਜਿਨ੍ਹਾਂ ਨੂੰ ਪੂਰੀ ਟੀਮ ਨਹੀਂ ਮਿਲੀ। ਅੱਛਾ, ਜਿਨ੍ਹਾਂ ਨੂੰ ਪੂਰੀ ਟੀਮ ਨਹੀਂ ਮਿਲੀ, ਜਿਹਨੂੰ ਬਦਲ ਦਿੱਤਾ ਗਿਆ, ਉਹ ਵੀ ਸਾਰਾ ਸਵਾਲ ਹੈਗੇ ਨਾ, ਇਹਦਾ ਮਤਲਬ ਖਾਨਾ ਪੂਰਤੀ ਉਦੋਂ ਵੀ ਹੋਈ ਸੀ ਨਾ? ਉਹ ਇੱਕ ਲਿਮਿਟੇਸ਼ਨ ਜਾਂ ਕਮਜ਼ੋਰੀਆਂ ਆਪਣੀ ਤਾਂ ਹੈ, ਪਰ ਬੜੀ ਵਧੀਆ ਢੰਗ ਨਾਲ ਐਸਟੀਐਫ ਨੇ ਬਹੁਤ ਅੱਛੀ ਸਟਾਰਟਿੰਗ ਕੀਤੀ ਸੀ ਔਰ ਉਹਦੇ ਰਿਜ਼ਲਟ ਵੀ ਬਹੁਤ ਅੱਛੇ ਆਏ ਸੀਗੇ। ਨੰਬਰ 2 'ਤੇ ਮੈਂ ਇਹ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਹਦਾ ਸਿਰਫ ਕੰਟਰੋਲ ਕਰਨ ਵਾਲਾ ਕੰਮ ਹੀ ਹੈ ਐਸਟੀਐਫ ਦਾ, ਐਸਟੀਐਫ ਦਾ ਨਾਲ ਅਵੇਅਰਨੈਸ ਦਾ ਵੀ ਪ੍ਰੋਗਰਾਮ ਹੈ, ਇਹ ਵੱਡੀ ਪ੍ਰੋਗਰਾਮ ਉਹਨਾਂ ਨੇ ਅਵੇਅਰਨੈਸ ਦਾ ਤੁਸੀਂ ਦੱਸ ਦਿੱਤਾ ਨਾ, ਡਾਟਾ ਗਰਗ ਨੇ ਦੱਸ ਦਿੱਤਾ, ਅਵੇਅਰਨੈਸ ਦਾ ਮਤਲਬ ਕੀ ਹੁੰਦਾ? ਅਵੇਅਰਨੈਸ ਦਾ ਮਤਲਬ ਇਹ ਤੁਸੀਂ ਗਰਗ ਹੋਰਾਂ ਦੀ ਬਿਲਕੁਲ ਗੱਲ ਸਹੀ ਹੈ ਕਿ ਇਹ ਇੱਕ ਕੰਸਿਸਟੈਂਟ ਪ੍ਰੋਗਰਾਮ ਹੈ, ਇਹਦੇ ਲਈ ਸਾਡੇ ਕੋਲ ਚਾਈਨਾ ਮਾਡਲ ਹੈ ਕਿ ਕਿਵੇਂ ਉਹਨਾਂ ਨੇ ਓਪੀਐਮ ਵਾਰ ਕਿਹਾ ਸੀ ਵੀ ਓਪੀਐਮ ਵਾਰ ਅਸੀਂ ਲੜਨੀ ਹੈ, ਵੀ ਇਹਦੇ 'ਤੇ ਕੰਸਿਸਟੈਂਟ ਵਰਕ ਕਰਨ ਦੀ ਲੋੜ ਹੈ, ਜਿਹੜੇ ਸੂਬੇ ਦੇ ਵਿੱਚ ਇਸ ਕਿਸਮ ਦੀ ਜ਼ਹਿਰ ਜਿਹੜੀ ਹੈ ਉਹ ਫੈਲ ਚੁੱਕੀ ਹੈ, ਉਹਨੂੰ ਹੌਲੀ ਹੌਲੀ ਚੂਸਿਆ ਜਾਊਗਾ। ਜੇ ਉਹਨੂੰ ਕੋਈ ਐਂ ਸਮਝੂ ਵੀ ਇੱਧਰੋਂ ਬਟਨ ਦੱਬਦਾ ਅਤੇ ਉੱਧਰੋਂ ਚਾਹੇ ਕੋਈ ਡੀ ਜੀ ਪੀ ਹੋਵੇ ਚਾਹੇ ਕੋਈ ਮੁੱਖ ਮੰਤਰੀ ਹੋਵੇ, ਨਹੀਂ ਇਸ ਤਰੀਕੇ ਨਾਲ 4 ਹਫ਼ਤੇ ਵਾਲਾ ਬਟਨ ਕੰਮ ਨਹੀਂ ਕਰ ਸਕਦੇ? ਨਹੀਂ, ਤੁਸੀਂ ਇਹੀ ਐਡਮਿਟ ਕਰਦੇ ਪਏ ਨਾ? ਨਹੀਂ, ਹੁਣ ਉਹ ਸੀਗਾ ਕਿ ਅਸੀਂ ਤਸਕਰਾਂ ਦਾ ਲੱਕ ਤੋੜਾਂਗੇ, ਉਹ ਸਿੰਥੈਟਿਕ ਨਸ਼ੇ ਤੱਕ ਕਾਫੀ ਹੱਦ ਤੱਕ ਖਤਮ ਹੈ, ਕਾਫੀ ਹੱਦ ਤੱਕ, ਹਾਂ ਕਾਫੀ ਹੱਦ ਤੱਕ ਖਤਮ ਹੈ, ਪਰ ਫਿਰ ਵੀ ਡਾਕਟਰ ਗਰਗੁਰਾਂ ਵਾਲੀ ਜਿਹੜੀ ਗੱਲ ਹੈ ਕਿ ਇਹਦੇ ਤੇ ਕੰਸਿਸਟੈਂਟ ਪ੍ਰੋਗਰਾਮ ਦੀ ਜ਼ਰੂਰਤ ਹੈ। ਤਾਰੇ ਸਾਹਿਬ ਇਹ ਕਹਿ ਰਹੇ ਚਾਈਨਾ ਮਾਡਲ ਅਪਣਾਉਣ ਦੀ ਲੋੜ ਹੈ ਕੀ ਹੈ, ਐਸ ਟੀ ਐਫ ਚੀਫ ਅਮਰੀਕਾ ਦੀ ਉਦਾਹਰਨ ਦੇ ਰਹੇ ਹੈਗੇ, ਤੁਸੀਂ ਕਿਹੜੀ ਉਦਾਹਰਨ ਦਿਓਗੇ? ਮੈਂ ਕੋਈ ਉਦਾਹਰਨ ਨਹੀਂ ਦਿੰਦਾ ਹੈਗਾ, ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਕਾਂਗਰਸ ਦੀ ਕਾਰਗੁਜ਼ਾਰੀ ਔਰ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕਰਦਾ। ਦੇਖੋ, ਕਾਂਗਰਸ ਜਿਹੜੀ ਹੈਗੀ ਆ ਅੱਜ ਸ਼ਰੇਆਮ ਪੁਲਿਸ ਦੇ ਉੱਪਰ ਚਿੱਕੜ ਸੁੱਟ ਰਹੀ ਹੈ ਔਰ ਪੁਲਿਸ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਖਿਲਾਫ, ਜਿਹੜੀ ਮੈਂ ਕੱਲ੍ਹ ਇੱਕ ਜੀਰਾ ਦੀ ਉਹ ਪੜ੍ਹ ਰਿਹਾ ਸੀ, ਇੰਟਰਵਿਊ ਦੇਖ ਰਿਹਾ ਸੀ ਇੱਕ ਚੈਨਲ 'ਤੇ, ਉੱਥੇ ਜਿਹੜੇ ਸ਼ਬਦ ਉਸ ਬੰਦੇ ਨੇ ਉਹਦੇ ਆਈ ਜੀ ਛੀਨਾ ਦੇ ਖਿਲਾਫ ਬੋਲੇ, ਮੈਂ ਕਹਿੰਦਾ ਵੀ ਉਹ ਸਾਰੇ ਡੈਰੋਗੇਟਰੀ ਡੈਫਾਮੇਟਰੀ ਸਾਰੇ ਵਰਡ ਸੀ। ਜੇ ਹੁਣ ਉਹ ਅਫਸਰ ਚੁੱਪ ਕਰਕੇ ਬੈਠਾ ਹੈਗਾ, ਜਾਣ ਕੇ ਕੋਈ ਉਹਦੇ ਖਿਲਾਫ ਜਿਹੜੇ ਵਰਡ ਹੈਗੇ ਆ ਤੁਸੀਂ ਸਮਝ ਨਹੀਂ ਸਕਦੇ ਕਿ ਜਿਹੜੇ ਵਰਡ ਹੈਗੇ ਆ, ਜੇ ਉਹ ਅਫਸਰ ਚੁੱਪ ਕਰਕੇ ਬੈਠਾ ਹੈ ਤਾਂ ਇਹਦਾ ਮਤਲਬ ਦੇਅਰ ਇਜ਼ ਸਮਥਿੰਗ। ਹੁਣ ਐਲੀਗੇਸ਼ਨ ਕਿਹਦੇ ਤੇ ਤੁਸੀਂ ਉਠਾ ਰਹੇ ਆ? ਕਾਂਗਰਸ ਕਹਿ ਰਹੀ ਆ ਪੁਲਿਸ ਦਾ ਕੰਮ, ਇਹਦਾ ਮਤਲਬ ਤੁਸੀਂ ਪੁਲਿਸ ਨੂੰ ਕਲੀਨ ਚਿਟ ਦੇ ਰਹੇ ਹੋ? ਨਹੀਂ ਨਹੀਂ, ਮੈਂ ਨਹੀਂ ਦੇ ਰਿਹਾ, ਮੈਂ ਤੁਹਾਨੂੰ ਅਗਲੀ ਗੱਲ ਦੱਸ ਰਿਹਾ, ਮੈਨੂੰ ਕਹਿਣ ਦਿਓ,
ਤੁਸੀਂ ਇਹਨਾਂ ਦਾ ਪੁਲਿਸ ਨੂੰ ਕਲੀਨ ਚਿੱਟ ਦੇ ਰਹੇ ਹੋ? ਨਹੀਂ, ਬਿਲਕੁਲ ਨਹੀਂ ਦੇ ਰਹੇ। ਅੱਛਾ, ਪੁਲਿਸ ਤੇ ਵੀ ਸਵਾਲ ਹੈ? ਸਵਾਲ ਹੈ। ਪੋਲੀਟੀਕਲ ਸਿਸਟਮ ਤੇ ਵੀ ਸਵਾਲ ਹੈ? ਬਿਲਕੁਲ। ਹੋਰ ਫਿਰ ਸਵਾਲ ਕਿਤੇ ਬਾਕੀ ਤਾਂ ਲੱਗਾ ਸਰ? ਮੈਂ ਦੱਸ ਪੁਲਿਸ ਤੇ ਪੋਲੀਟੀਕਲ ਕਨੈਕਸ਼ਨ ਹੀ ਸਾਰੇ ਕਹਿ ਰਹੇ ਆ। ਅੱਜ ਅੱਜ ਐਸਟੀਐਫ ਦੇ ਚੀਫ ਦੀ ਜਿਹੜੀ ਹੈਗੀ ਆ, ਤੁਸੀਂ ਸਾਰੀ ਪ੍ਰੈਸ ਕਾਨਫਰੰਸ ਦੇਖੀ ਹੋਣੀ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਗਰਗ ਸਾਹਿਬ ਗੱਲ ਕਰਕੇ ਹਟੇ ਆ, ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਇਹਨਾਂ ਨੇ। ਡਰੱਗ ਅਡਿਕਟ ਉਹ ਕਿਹਨੂੰ ਕਹਿ ਰਹੇ ਆ? ਉਹ ਕਹਿੰਦੇ ਜੀ ਇਕੱਲਾ ਜਿਹੜਾ ਚਿੱਟਾ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਕੰਸਿਡਰ ਕਰਦੇ ਹਾਂ। ਜਿਹੜੇ ਗੱਲ ਦਾਰੂ ਦੇ ਐਲੀਗੇਸ਼ਨ ਲਾ ਰਹੇ ਆ, ਜਿਹੜੇ ਪਿੰਡਾਂ ਦੇ ਵਿੱਚ ਅਡਿਕਟ ਦਾਰੂ ਦੇ ਹੈਗੇ ਆ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਹੈਗਾ। ਔਰ ਰਹਿ ਗਈ ਗੱਲ ਜਿਹੜਾ ਤੁਹਾਡਾ ਕੁਐਸਚਨ ਸੀ, ਤੁਸੀਂ ਕੀਤੀ ਸੀ? ਬਿਲਕੁਲ ਅਸੀਂ ਕਰਦੇ ਰਹੇ ਸੀ, ਬਿਲਕੁਲ ਕਰਦੇ ਸੀ। ਤੁਹਾਡੇ ਸਿਹਤ ਮੰਤਰੀ ਸਾਹਿਬ, ਮੈਂ ਦੱਸ ਸੁਣ ਲਓ ਸੁਣ ਲਓ ਸੁਣ ਮੈਂ ਦੱਸ ਮਤ ਰੱਖਿਆ ਕਰੋ। ਹਾਂਜੀ, ਤੁਹਾਡੇ ਵੇਲੇ ਸਿਹਤ ਮੰਤਰੀ ਸਾਹਿਬ ਸੀ, ਉਹ ਕਹਿੰਦੇ ਸ਼ਰਾਬ ਨਸ਼ਾ ਹੀ ਨਹੀਂ। ਇਹ ਤਾਂ ਆਪਣੇ ਮੇਰੀ ਗੱਲ ਸੁਣੋ ਤਾਰੇ ਸਾਹਿਬ, ਬਾਕੀ ਛੱਡੋ ਤੁਸੀਂ, ਬਾਕੀ ਛੱਡੋ। ਇਹ ਗਾਂਧੀ ਜੀ ਬੀਜਣ ਦੀਆਂ ਗੱਲਾਂ ਕਰ ਰਹੇ ਨੇ, ਛੱਡੋ ਤੁਸੀਂ ਗਾਂਧੀ ਦੇ ਸਵਾਲ ਲੈਣੂਗਾ ਮੈਂ। ਅਸੀਂ ਇੱਕ ਗਾਂਧੀ ਦੇ ਬੰਦੇ ਬੈਠੇ ਮੇਰੇ ਕੋਲੇ, ਇੱਕ ਮਿੰਟ। ਮੈਂ ਸਵਾਲ ਬੜਾ ਸਿੰਪਲ ਕਰ ਰਿਹਾ ਤਾਰੇ ਸਾਹਿਬ, ਤੁਸੀਂ ਅੰਤੇ ਕੰਮ ਕੀਤਾ? ਤੁਹਾਡੇ ਸਿਹਤ ਮੰਤਰੀ ਕਹਿੰਦੇ ਸ਼ਰਾਬ ਨਸ਼ਾ ਨਹੀਂ ਹੈਗਾ, ਤੁਸੀਂ ਕਹਿੰਦੇ ਹੋ ਪੰਜਾਬ ਸ਼ਰਾਬ ਨਾ ਵੇਚੀ, ਪੰਜਾਬ ਦਾ ਖਜ਼ਾਨਾ ਖਾਲੀ ਹੋ ਜਾਊਗਾ, ਪੰਜਾਬ ਵਿੱਚ ਮਾਲੀਆ ਨਹੀਂ ਹੋਊਗਾ। ਮੈਂ ਤੁਹਾਨੂੰ ਕਿਸੇ ਪਾਸੇ ਤਾਂ ਆਓ ਨਾ, ਮੈਂ ਉਹਦਾ ਜਵਾਬ ਦਿੰਦਾ ਤੁਹਾਨੂੰ। ਕੁਲਵੀਰ ਸਿੰਘ ਜੀਰਾ ਨੇ ਡਾਇਰੈਕਟ ਐਲੀਗੇਸ਼ਨ ਲਾਏ ਆ, ਇੰਨੇ ਹਜ਼ਾਰ ਬੋਤਲ ਫੜੀ, ਇੰਨੇ ਹਜ਼ਾਰ ਪੇਟੀ ਫੜੀ, ਇੰਨੇ ਹਜ਼ਾਰ ਬੋਤਲ ਫੜੀ, ਇੰਨੇ ਹਜ਼ਾਰ ਪੇਟੀ ਫੜੀ, ਔਰ ਐਫ ਆਈ ਆਰਾਂ ਦਰਜ ਹੋਈਆਂ, ਐਫ ਆਈ ਆਰਾਂ ਜਿਹੜੀਆਂ ਹੈਗੀਆਂ ਕੈਂਸਲ ਹੋਈਆਂ। ਸਵਾਲ ਨੂੰ ਘੁਮਾਣਾ, ਮੇਰੀ ਸੁਣੋ, ਮੇਰੀ ਗੱਲ ਤਾਂ ਸੁਣੋ ਸਰ, ਸਵਾਲ ਨੂੰ ਘੁਮਾਣਾ ਬਹੁਤ ਅੱਛਾ, ਮੈਂ ਦੱਸਦਾ ਬਹੁਤ ਅੱਛਾ। ਅਸੀਂ ਉਹਦੇ ਤੇ ਕੀ ਕੰਮ ਕੀਤਾ? ਭੋਲੇ ਵਰਗੇ ਜਿਹੜੇ ਡਰੱਗ ਪੈਡਲਰ ਸੀ ਵੱਡੇ, ਮਤਲਬ ਜਿਹਨੂੰ ਸੀ ਉਹ ਅਕਾਲੀ ਗਵਰਨਮੈਂਟ ਦੇ ਫੜ ਕੇ ਅੰਦਰ ਦਿੱਤੇ, ਜਿਹਦੇ ਕਰਕੇ ਅਕਾਲੀ ਦਲ ਦੇ ਉੱਪਰ ਉਹੀ ਚਿੱਕੜ ਗਿਰਿਆ, ਔਰ ਉਸੇ ਚਿੱਕੜ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੋਵੇਂ ਰਲ ਕੇ ਜਿਹੜਾ ਹੈਗਾ ਚਿੱਕੜ ਉਹਨਾਂ ਦੇ ਉੱਤੇ ਸੁੱਟਦੇ ਨੇ। ਬੜੇ ਸਿੰਬਰਾ ਕੀ ਤੁਸੀਂ ਸਾਰਿਆਂ ਨੇ ਰਲ ਕੇ ਇਹਨਾਂ ਨੂੰ ਬਦਨਾਮ ਕੀਤਾ, ਤੁਸੀਂ ਉਦੋਂ ਉਸ ਪਾਰਟੀ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਦਨਾਮ ਕੀਤਾ। ਬਿਲਕੁਲ ਬੁੱਢਾ ਸਿੰਬਰਾ ਕੀ, ਹੁਣ ਤੁਸੀਂ ਇੱਕ ਨਵੀਂ ਚੀਜ਼ ਸ਼ੁਰੂ ਕਰਨ ਜਾ ਰਹੇ ਹੋ ਕਿ ਪੰਜਾਬ ਵਿੱਚ ਰਵਾਇਤੀ ਨਸ਼ਿਆਂ ਦੀ ਜ਼ਰੂਰਤ ਹੈਗੀ ਆ, ਤੁਸੀਂ ਡਾਕਟਰ ਗਾਂਧੀ ਦਾ ਜਿਹੜਾ ਮਾਡਲ ਉਹ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਹਨਾਂ ਨੇ ਚਾਈਨਾ ਦੀ ਉਧਾਰ ਦਿੱਤੀ, ਐਸਟੀਐਫ ਚੀਫ ਅਮਰੀਕਾ ਉਧਾਰਨ ਦੇ ਰਹੇ ਆ, ਤੁਸੀਂ ਆ ਰਵਾਇਤੀ ਨਸ਼ਿਆਂ ਉਧਾਰਨ। ਮੈਨੂੰ 30 ਸੈਕਿੰਡ ਦੇ ਦਿਓ। ਇੱਕ ਤਾਂ ਧਾਰਨੀ ਸਾਹਿਬ ਬੜੇ ਸਾਡੇ ਅਜੀਜ਼ ਅਤੇ ਖਾਸ ਨੇ, ਧਾਰਨੀ ਸਾਹਿਬ ਸੁਖਬੀਰ ਸਿੰਘ ਬਾਦਲ ਵੀ ਛੀਨੇ ਨੂੰ ਪੈਰਾਂ 'ਚ ਬਿਠਾ ਚੁੱਕੇ ਨੇ ਵੀ ਇਹ ਮੇਰੇ ਪੈਰਾਂ 'ਚ ਬੈਠ ਕੇ ਲਿਰੜੀਆਂ ਕੱਢਦਾ ਸੀ, ਫਲਾਨਾ ਕਰਦਾ ਸੀ, ਧਮਕਾ, ਉਹ ਵੀ ਡੈਰੋਗੇਟਰੀ ਵਰਡ ਸੀਗੇ, ਡੈਰੋਗੇਟਰੀ ਵਰਡ ਇੱਕ ਦੂਜੇ ਲਈ ਵਰਤਣੇ ਦਾ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਆ, ਅਕਾਲੀ ਅਤੇ ਕਾਂਗਰਸੀਆਂ ਦੀ, ਇਹਨਾਂ ਦੀ ਇੱਕ ਪਹਿਚਾਣ ਬਣ ਚੁੱਕਿਆ ਵਾ। ਮੈਂ ਤੁਹਾਡੇ ਸਵਾਲ 'ਤੇ ਆਵਾਂ ਕੇਪੀ ਜੀ, ਇੱਥੇ ਗੁਟਕਾ ਸਾਹਿਬ ਫੜ ਕੇ ਸੌਂਹਾਂ ਖਾਧੀਆਂ ਜਾ ਚੁੱਕੀਆਂ ਨੇ, ਇੱਥੇ ਡੋਪ ਟੈਸਟ ਕਹਿ ਕੇ ਸਰਕਾਰ ਮੁੱਕਰ ਚੁੱਕੀ ਆ, ਸਭ ਕੁਛ ਭੱਜ ਚੁੱਕਿਆ, ਅੱਜ ਇੱਥੇ ਨਸ਼ੇ ਦੀ ਸਖਦਾਈ ਦੇ ਨਾਂ 'ਤੇ ਪੁਲਿਸ ਇੱਕ ਜਸਟ ਜਿਹੜੀ ਇਨਫੋਰਮੇਸ਼ਨ ਦੇ ਬੇਸ 'ਤੇ ਐਫ ਆਈ ਆਰ ਦਰਜ ਕਰ ਦਿੰਦੀ ਆ ਰੇਡ ਕਰਨ ਤੋਂ ਪਹਿਲਾਂ, ਬਾਅਦ ਵਿੱਚ ਜਦੋਂ ਰੇਡ ਕਰਦੀ ਆ ਅਤੇ ਬੰਦਿਆਂ ਨੂੰ ਸੱਦ ਕੇ ਉਹਨਾਂ ਤੋਂ ਲੱਖਾਂ ਰੁਪਈਏ ਵਟੋਰ ਰਹੀ ਆ ਪੁਲਿਸ, ਕੇਸ ਇਹੋ ਜਿਹੇ ਆ ਰਹੇ ਆ ਸਾਡੇ ਕੋਲ, ਸੀਕ੍ਰੈਟ ਇਨਫੋਰਮੇਸ਼ਨ ਦੇ ਨਾਂ 'ਤੇ ਐਫ ਆਈ ਆਰ ਦਰਜ ਹੋ ਜਾਂਦੀ ਆ, ਉਦੋਂ ਬਾਅਦ ਰੇਡ ਕਰਨ ਜਾਂਦੇ ਆ, ਕਾਲ ਕਰਦੇ ਆ ਵੀ ਤੇਰਾ ਨਾਂ ਆ ਰਿਹਾ ਰੇਡ 'ਚ, ਤੇਰਾ ਅਸੀਂ ਪਾ ਦਾਂਗੇ ਵੀ ਤੇਥੋਂ ਇੰਨੀ ਰਿਕਵਰੀ ਹੋਈ ਆ, ਇੰਨੇ ਪੈਸੇ ਦੇ ਜਾ, ਆਹ ਹਾਲ ਹੋਇਆ ਪਿਆ ਅੱਜ ਪੰਜਾਬ ਦਾ। ਕੇ ਪੀ ਜੀ, ਅਸੀਂ ਸੌਂਹ ਵੀ ਨਹੀਂ ਕੰਮ ਕੀਤਾ, ਸਾਡੀ ਆ ਜਿਹੜੀ ਐਫ ਆਈ ਆ ਜਿਹੜੀ ਪੁਲਿਸ ਤੰਤਰ ਆ ਇਹ ਵੀ ਫੁੱਲ ਚੁੱਕਿਆ, ਪੋਲੀਟੀਕਲ ਸਾਡੇ ਕੋਲ ਇੰਟੈਂਸ਼ਨ ਹੈ ਨਹੀਂ, ਹਾਲਾਂਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਮੇਰੇ ਲੈਵਲ ਦਾ ਨਹੀਂ, ਗਰਗ ਸਾਹਿਬ ਅਤੇ ਗਾਂਧੀ ਸਾਹਿਬ ਇੱਕ ਦੂਜੇ ਦੇ ਸਾਹਮਣੇ ਬੈਠੇ ਹੋਣ, ਇਹ ਦੱਸ ਸਕਦੀ ਆ ਕੀ ਫੀਮ ਚੰਗੀ ਆ, ਡੋਡੇ ਚੰਗੇ ਆ ਜਾਂ ਮਾੜੇ ਆ, ਪਰ ਕਿਤੇ ਨਾ ਕਿਤੇ ਨਹੀਂ, ਤੁਸੀਂ ਐਵੇਂ ਕਹਿਤਾ ਪ੍ਰੇਮਾ ਵਸਾਈ ਇਹ ਜਾਪਦਾ, ਜੇ ਅਸੀਂ ਜਿਹੜੇ ਪੁਰਾਣੇ ਪ੍ਰਾਚੀਨ ਨਸ਼ੇ ਆ ਉਹਨਾਂ ਨੂੰ ਲਾਗੂ ਕਰ ਦਈਏ ਸਰਕਾਰੀ ਤੰਤਰ ਦੀ ਦੇਖ ਰੇਖ ਥੱਲੇ, ਹਾਲਾਂਕਿ ਉਹ 'ਤੇ ਵੀ ਕਿੰਤੂ ਪ੍ਰਿਤ ਬਹੁਤ ਆ ਵੀ ਸਰਕਾਰ ਕਿੰਨੀ ਕੁ ਇਮਾਨਦਾਰ ਆ, ਕੀ ਆ ਆਫਿਸਰ, ਮੈਨੂੰ ਲੱਗਦਾ ਦਿਲੋਂ ਤੁਸੀਂ ਵੀ ਨਹੀਂ ਇਤਫਾਕ ਰੱਖਦੇ ਰਵਾਇਤੀ ਨਸ਼ਿਆਂ ਨਾਲ, ਪਾਰਟੀ ਲਾਈਨ ਨੂੰ ਡਿਫੈਂਡ ਕਰਨਾ ਮੁਸ਼ਕਲ ਜ਼ਰੂਰੀ ਹੈ ਤੁਹਾਨੂੰ? ਮੈਂ ਚਾਹ ਤੱਕ ਨਹੀਂ ਪੀਂਦਾ, ਮੈਂ ਨਸ਼ਿਆਂ ਨੂੰ ਕਿਉਂ ਪ੍ਰਮੋਟ ਕਰਾਂ? ਮੈਂ ਕਿਉਂ ਕਹੂੰਗਾ? ਨਿੱਜੀ ਤੌਰ ਤੇ ਤੁਸੀਂ ਇਸ ਹੱਕ ਵਿੱਚ ਨਹੀਂ ਹੋ। ਜੇ ਮੇਰਾ ਨਿੱਜੀ ਤੌਰ ਤੇ ਤਾਂ ਮੈਂ ਕਹਿੰਦਾ ਚਾਰ ਗੁਰਦੁਆਰੇ ਆ ਪਿੰਡਾਂ ਦੇ ਵਿੱਚ, ਐਸਜੀਪੀਸੀ ਟੋਟਲੀ ਫੇਲ ਹੋ ਗਈ ਆ, ਪਿਆਰੇ ਲਾਲ ਗਰਗ ਜੀ ਨੇ ਗੱਲ ਕੀਤੀ ਆ ਅਵੇਅਰਨੈਸ ਦੀ, ਅਵੇਅਰਨੈਸ ਦੇ ਨਾਂ ਤੇ ਐਸਜੀਪੀਸੀ ਦੀਆਂ ਇਲੈਕਸ਼ਨਾਂ 'ਚ ਸ਼ਰਾਬ ਤੇ ਭੁੱਕੀ ਵੱਢੀ ਜਾ ਰਹੀ ਆ। ਗੱਲ ਸੁਣੋ, ਅਕਾਲੀ ਦਲ ਦੇ ਪ੍ਰਧਾਨ ਤੇ ਸ਼ਰੇਆਮ ਫੀਮ ਖਾਣ ਦੇ, ਉਹਦੀ ਮਿਸਿਸ ਦੇ ਸ਼ਰਾਬ ਪੀਣ ਦੇ, ਮੈਂ ਜੇ ਨਿੱਜੀ ਤੇ ਗੱਲ ਕਰਾਂ, ਨਿੱਜੀ ਤਾਂ ਬਹੁਤ ਕੁਛ ਪਾਸੇ ਰਹਿ ਜਾਂਦਾ, ਗੱਲ ਜਿਹੜਾ ਇਹ ਪੋਲੀਟੀਕਲ ਪੰਜਾਬ ਦਾ ਤੰਤਰ ਸਾਰਾ ਬਿਗੜ ਗਿਆ, ਉਹਦੇ ਲਈ ਸਾਨੂੰ ਕੁਝ ਸੋਚਣਾ ਪਊ ਤੇ ਸਮਝਣਾ ਪਊ, ਫੈਰੀ ਸੋਫਤ ਡੰਡੀ ਅਪਣਾਉਣੀ ਪਊਗੀ। ਫੈਰੀ ਸੋਫਤ, ਤੁਸੀਂ ਤਿੰਨੇ ਵਕੀਲ ਹੋ, ਧਾਰਨੀ ਸਾਹਿਬ, ਫੈਰੀ ਸੋਫਤ, ਤੁਸੀਂ ਬਰਾਗੀ ਸਾਹਿਬ, ਸਾਰੇ ਵਕੀਲ ਹੈਗੇ ਹੋ, ਜਿਹੜੇ ਪੁਲਿਸ ਚਲਾਣ ਪੇਸ਼ ਕਰਦੀ ਹੈਗੀ ਆ, ਇਸ ਮਾਮਲੇ ਦੇ ਵਿੱਚ ਚਲਾਣ ਪੇਸ਼ ਕਰਨ 'ਤੇ ਵੀ ਸਵਾਲ ਉੱਠਦੇ ਆ। ਹੁਣੇ ਬੁੱਢਾ ਸਾਹਿਬ ਬਰਾਗੀ ਨੇ ਕਿਹਾ ਕਿ
ਇਨਫੋਰਮੇਸ਼ਨ ਮਿਲੀ ਸਾਨੂੰ, ਉਹਦੇ ਉੱਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਵੀ ਇਹਦੇ ਘਰ ਨਸ਼ਾ ਪਿਆ ਜਾਂ ਇਸ ਕਾਰ ਦੇ ਵਿੱਚ ਨਸ਼ਾ ਲੈ ਕੇ ਆ ਰਿਹਾ। ਉਹ ਤੋਂ ਬਾਅਦ ਉਹਨੂੰ ਇਨਫੋਰਮ ਕਰਦੇ ਨੇ, ਇਨਫੋਰਮ ਕਰਕੇ ਪਤਾ ਕਰਦੇ ਉਹਨੂੰ ਪੈਸਿਆਂ ਦਾ, ਕਹਿੰਦੇ ਨੇ ਵੀ ਇੰਨੇ ਪੈਸੇ ਦੇ ਨਹੀਂ ਤਾਂ ਤੇਰਾ ਹੀ ਨਾਮ ਪਾ ਦੇਣਾ, ਜਾਂ ਕਿਸੇ ਤਰੀਕੇ ਨਾਲ ਉਹ ਬਾਅਦ ਵਿੱਚ ਐੱਫ ਆਈ ਆਰ ਕਲੋਜ਼ ਕਰਨ ਲਈ, ਜਦ ਪੈਸੇ ਪਹੁੰਚ ਗਏ ਪੈਸੇ ਪਹੁੰਚਣ ਤੋਂ ਬਾਅਦ ਐੱਫ ਆਈ ਆਰ ਕਲੋਜ਼ ਕਰਨ ਲਈ ਵੀ ਅਸੀਂ ਰੇਡ ਕੀਤੀ ਸੀ, ਉਹ ਤੋਂ ਬਾਅਦ ਮਿਲਿਆ ਨਹੀਂ, ਚਲੋ ਜੀ ਐੱਫ ਆਈ ਆਰ ਕਲੋਜ਼ ਰਹੀ। ਦੂਸਰੀ ਗੱਲ, ਜਿਹੜੇ ਹੁਣ ਆਹ ਕੇਸ ਹੋ ਗਏ, ਜਦ ਅੱਗੇ ਚੱਲਦੇ ਨੇ, ਅੱਗੇ ਚੱਲ ਕੇ ਮੈਕਸੀਮਮ ਕੇਸ ਜਿਨ੍ਹਾਂ 'ਚ ਐਕੁਇਟਲ ਹੋਈ ਹੁੰਦੀ ਹੈ, ਉਹਦੇ ਵਿੱਚ ਹਮੇਸ਼ਾ ਕੋਰਟ ਨੋਟ ਦਿੰਦੀ ਹੈ ਕਿ ਪ੍ਰੋਸੀਕਿਊਸ਼ਨ ਨੇ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕੀਤਾ, ਇਨਵੈਸਟੀਗੇਸ਼ਨ ਆਫੀਸਰ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ, ਪੁਲਿਸ ਨਾਕਾਮ ਹੈ, ਪ੍ਰਸ਼ਾਸਨ ਨਾਕਾਮ ਹੈ, ਜਾਂ ਸਾਡਾ ਐਨਡੀਪੀਐਸ ਐਕਟ ਨਾਕਾਮ ਹੈ। ਐਨਡੀਪੀਐਸ ਐਕਟ ਨਾਕਾਮ ਨਹੀਂ ਹੈਗਾ, ਐਨਡੀਪੀਐਸ ਐਕਟ ਦੇ ਵਿੱਚ ਬਹੁਤ ਇਹਨਾਂ ਨੇ ਸਟ੍ਰਿਕਟ ਪਨਿਸ਼ਮੈਂਟਸ ਦਿੱਤੀਆਂ ਹੋਈਆਂ ਨੇ, ਹੁਣ ਕਾਫੀ ਮਤਲਬ ਪਨਿਸ਼ਮੈਂਟਸ, ਜੇ ਇੰਨੇ ਹੀ ਜੇ ਪੁਲਿਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ, ਆਪਸ ਵਿੱਚ ਤਾਲਮੇਲ ਕਿੰਨਾ ਹੈਗਾ, ਸਿਰਫ ਇਲਜ਼ਾਮ ਲਾ ਕੇ ਹੀ ਇਹ ਪਾਸੇ ਹੋ ਜਾਂਦੇ ਆ। ਪਤਾ ਨਹੀਂ ਕਿੰਨੇ ਵਾਰੀ ਅਸੀਂ ਇਸ ਮੰਚ 'ਤੇ ਡਿਬੇਟ ਕਰ ਚੁੱਕੇ ਹਾਂ, ਪਰ ਇਹਨਾਂ ਇਲਜ਼ਾਮਾਂ ਦੇ ਵਿੱਚ ਸੱਚ ਕਿੱਥੇ ਛੁਪਿਆ ਹੋਇਆ ਹੈਗਾ, ਕੌਣ ਸਿਆਸੀ ਰੰਗ ਦਿੰਦਾ ਹੈਗਾ, ਨਸ਼ਾ ਅਸਲ ਵਿੱਚ ਪੰਜਾਬ ਵਿੱਚ ਹੈ ਕਿੰਨਾ ਹੈਗਾ ਕੋਈ ਦੱਸਦਾ ਕਿਉਂ ਨਹੀਂ, ਕਿਉਂਕਿ ਅਮਰੀਕਾ ਵਿੱਚ ਤਾਂ ਐਸਟੀਐਫ ਚੀਫ ਕਹਿੰਦੇ ਆ 200 ਲੋਕ ਰੋਜ਼ਾਨਾ ਮਰ ਜਾਂਦੇ ਹੈਗੇ ਆ, ਪੰਜਾਬ ਵਿੱਚ ਤਾਂ ਇੰਨਾ ਮਰਦੇ ਨਹੀਂ ਗੇ, ਫਿਰ ਪੰਜਾਬ 'ਤੇ ਇੰਨਾ ਸਵਾਲ ਕਿਉਂ ਹੈਗਾ? ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜਦੋਂ ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਦੇ ਵਰਤਮਾਨ ਅਤੇ ਭਵਿੱਖ ਨੂੰ ਨਸ਼ੇ ਤੋਂ ਬਚਾਉਣ ਲਈ ਕਿਹੜਾ ਮਾਡਲ ਅਪਣਾਉਣ ਦੀ ਲੋੜ ਹੈਗੀ ਹੈ? ਡਾਕਟਰ ਗਰਗ ਸਰ, ਇੱਕ ਤਾਂ ਕਿਹੜਾ ਮਾਡਲ ਅਪਣਾਇਆ ਜਾਵੇ, ਕਿਉਂਕਿ ਮਾਡਲ ਜਦੋਂ ਅਪਣਾਉਣ ਦੀ ਜ਼ਰੂਰਤ ਹੁੰਦੀ ਹੈ ਸਾਨੂੰ, ਅਸੀਂ ਵਿਦੇਸ਼ੀ ਮੁਲਕਾਂ ਵੱਲ ਜਲਦੀ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਮੇਰਾ ਸਵਾਲ ਇਹ ਹੈ ਕਿ ਪੁਲਿਸ, ਪ੍ਰਸ਼ਾਸਨ, ਸਰਕਾਰ, ਡਰੱਗ ਕੰਟਰੋਲ ਮਹਿਕਮਾ, ਸਿਹਤ ਮਹਿਕਮਾ, ਇਹਨਾਂ ਦਾ ਆਪਸ ਵਿੱਚ ਤਾਲਮੇਲ ਕਿੰਨਾ ਹੁੰਦਾ? ਦੇਖੋ, ਇਹਨਾਂ ਨੇ ਤਾਂ ਆਪਦੇ ਵੱਲੋਂ ਦਿਖਾਇਆ ਵੀ ਜੀ ਦੇਖੋ ਹੈਲਥ ਵਾਲਾ ਪੂਰੀ ਡਰੱਗ ਕੰਟਰੋਲ ਮਸ਼ੀਨਰੀ ਨੂੰ ਅਸੀਂ ਇੱਕ ਡਰੱਗ ਆ, ਇਸ ਸਟੇਟਮੈਂਟ 'ਚ ਵੀ ਹੈ ਵੀ ਅਸੀਂ ਹੈਲਥ ਡਾਇਰੈਕਟੋਰੇਟ 'ਚ ਇੱਕ ਡਰੱਗ ਕੰਟਰੋਲ ਦਾ ਵੱਖਰਾ, ਉਹ ਆਲਰੇਡੀ ਡਰੱਗ ਕੰਟਰੋਲ ਦਾ ਵੱਖਰਾ ਹੈ। ਡਰੱਗ ਕੰਟਰੋਲ ਜਿਹੜੇ ਫਾਰਮਾਸਿਸਟ ਹੁੰਦੇ ਨੇ, ਡਾਕਟਰ ਡਰੱਗ ਕੰਟਰੋਲਰ ਨਹੀਂ ਹੁੰਦੇ ਇੱਥੇ, ਅਸਿਸਟੈਂਟ ਡਰੱਗ ਕੰਟਰੋਲਰ ਹੋਰ, ਉਹ ਸਾਰੇ ਬੀ ਫਾਰਮੇਸੀ ਕਰੀ ਹੁੰਦੀ ਆ, ਡਾਕਟਰਾਂ ਦਾ ਨਹੀਂ, ਉਹਦੇ ਉੱਤੇ ਡਰੱਗ ਕਮਿਸ਼ਨਰ ਹੁੰਦਾ। ਪਹਿਲਾਂ ਹੁਸਨ ਲਾਲ ਸੀਗੇ, ਫਿਰ ਰਾਜੂ ਜੀ ਸੀਗੇ, ਹੁਣ ਕਾਹਨ ਸਿੰਘ ਪੰਨੂ ਜੀ ਨੇ, ਡਰੱਗ ਕਮਿਸ਼ਨਰ ਹੁੰਦਾ। ਅਤੇ ਥੱਲੇ ਵੀ ਡਰੱਗ ਇੰਸਪੈਕਟਰ ਹੀ ਦੇਖਦੇ ਨੇ, ਸਿਵਲ ਸਰਜਨ ਦੀ ਤਾਂ ਜਿਵੇਂ ਅਫਸਰ ਗਵਾਹੀ ਵਾਸਤੇ ਅਫਸਰ ਲਏ ਜਾਂਦੇ ਨੇ ਉਦੋਂ, ਹੁਣ ਸਿਵਲ ਸਰਜਨ ਦਾ ਕੋਈ ਕੰਟਰੋਲ ਨਹੀਂ ਡਰੱਗ, ਇਹਨਾਂ ਦਾ ਤਾਲਮੇਲ ਹੈ ਆਪਸ 'ਚ, ਇਹਨਾਂ ਇਹ ਕਹਿੰਦੇ ਨੇ ਵੀ ਸਾਡਾ ਤਾਲਮੇਲ, ਕਹਿੰਦੇ ਤਾਂ ਹੈ ਜ਼ਮੀਨ ਤੁਸੀਂ ਦੇਖ ਲਓ, ਤੁਸੀਂ ਇਸ ਇਹਨਾਂ ਮਹਿਕਮਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਤਾਲਮੇਲ ਦਾ 2016 ਦੀ ਕੈਗ ਦੀ ਜਿਹੜੀ ਰਿਪੋਰਟ ਹੈ ਅਸੈਂਬਲੀ 'ਚ ਪੇਸ਼ ਹੁੰਦੀ ਹੈ, ਉਹਨੇ ਕਿਹਾ 70% ਸੈਂਪਲ 2-3 ਸਾਲ ਨਹੀਂ ਜਾਂਦੇ ਲੈਬੋਰਟਰੀ ਦੇ ਵਿੱਚ ਟੈਸਟ ਹੋਣ ਵਾਸਤੇ, ਸੋ ਡਿਲੇਜ਼ ਹੁੰਦੀਆਂ ਨੇ। ਵੈਸੇ ਜੇ ਅਸੀਂ ਦੇਖੀਏ ਸਜ਼ਾ ਦੇਣਾ ਦਾ ਹੱਦ ਨਹੀਂ, ਰਾਜ ਸਭਾ ਦੇ ਵਿੱਚ ਸਾਰੇ ਸਟੇ ਹਿੰਦੁਸਤਾਨ 'ਚ ਕਿੰਨੇ ਕੇਸ ਰਜਿਸਟਰ ਹੋਏ, ਕਿੰਨਿਆਂ ਨੂੰ ਕਨਵਿਕਸ਼ਨ ਹੋਈ, ਆਹ ਰੀਸੈਂਟ ਜਵਾਬ ਹੈ 2018 ਦਾ, ਉਹਦੇ ਤਕਰੀਬਨ 25% ਦੀ ਕਨਵਿਕਸ਼ਨ ਉਹਨਾਂ ਨੇ ਈਵਨ ਪੰਜਾਬ 'ਚ ਦਿਖਾਈ ਹੈ, 2016 ਤੱਕ ਦਾ ਸ਼ਾਇਦ ਡਾਟਾ ਉਹ ਐਗਜੈਕਟ। ਅਤੇ ਇਹ ਕੁਸਚਨ ਵੀ 14,000 ਕਰਿਆ ਅਰੈਸਟ, 3200 ਕੇ ਕਿੰਨਾ ਉਹਚੋਂ ਹੋਇਆ ਕਨਵਿਕਟ। ਸੋ ਇਹ ਕੁਸਚਨ ਕਨਵਿਕਸ਼ਨ ਦਾ ਜਾਂ ਅਰੈਸਟਾਂ ਦਾ ਨਹੀਂ ਹੈ, ਕੁਸਚਨ ਇਹ ਨਹੀਂ ਹੈ ਕਿੰਨੇ ਬੰਦੇ ਫੜ ਕੇ ਤੁਸੀਂ ਜੇਲ੍ਹ 'ਚ ਪਾਤੇ, ਕਿਉਂਕਿ ਐਨਡੀਪੀਐਸ ਐਕਟ ਇਹ ਕਹਿੰਦਾ ਵੀ ਜਿਹਦੇ ਕੋਲੋਂ ਵੀ ਨਸ਼ਾ ਉਹ ਫੜਿਆ ਗਿਆ, ਕੁਆਂਟਿਟੀ ਦਾ ਉਹਦੇ 'ਚ ਸਵਾਲ ਹੀ ਨਹੀਂ ਹੈ, ਜਿਹਦੇ ਕੋਲ ਫੜ ਚਾਹੇ ਉਹ ਨਸ਼ੇੜੀ ਹੈ, ਚਾਹੇ ਉਹ ਖਾਂਦਾ, ਚਾਹੇ ਉਹ ਪਾਂਡੀ ਹੈ, ਚਾਹੇ ਉਹ ਖਾਣ ਵਾਲਾ ਅੱਗੋਂ ਦੋ ਨੂੰ ਵੇਚਦਾ, ਉਹਨੂੰ ਉਹਦੇ ਉੱਤੇ ਉਹ ਆਉਣਾ ਹੀ ਆਉਣਾ। ਹੁਣ ਸਰਕਾਰ ਇਹ ਕਲੇਮ ਕਰਦੀ ਹੈ ਕਿ ਅਸੀਂ ਇੰਨੇ ਬੰਦੇ ਫੜ ਕੇ ਜੇਲ੍ਹਾਂ 'ਚ ਪਾਏ, ਇਸ ਕਰਕੇ ਨਸ਼ੇ 'ਤੇ ਕੰਟਰੋਲ ਹੈ, ਨਸ਼ੇੜੀਆਂ ਨੂੰ ਫੜ ਕੇ, ਨਸ਼ੇੜੀ ਇੱਕ ਬਿਮਾਰ ਆਦਮੀ ਹੈ, ਕੰਟਰੋਲ ਹੋਊਗਾ ਕਿਵੇਂ, ਕਿਹੜੇ ਮਾਡਲ ਦੀ ਜ਼ਰੂਰਤ ਹੈ? ਮੇਰਾ ਸਵਾਲ ਬੜਾ ਸਿੰਪਲ ਹੈ, ਐਸਟੀਐਫ ਚੀਫ ਇਹ ਗੱਲ ਕਹਿ ਰਹੇ, ਡਾਟਾ ਗਰਗ, 200 ਲੋਕ ਅਮਰੀਕਾ ਵਿੱਚ ਮਰਦੇ ਆ ਰੋਜ਼ਾਨਾ। ਮੇਰੀ ਬੇਨਤੀ ਸੁਣ ਲਓ, ਕੋਈ ਮਾਡਲ ਨਹੀਂ, ਕੋਈ ਦੁਨੀਆ ਦੇ ਮਾਡਲ ਨਹੀਂ, ਮਾਡਲ ਇਹ ਹੈ ਜੇ ਚਾਈਨਾ ਦੀ ਗੱਲ ਬੂਟਾ ਸਿੰਘ ਜੀ ਨੇ ਕਰੀ ਹੈ, ਇਹਨਾਂ ਨੇ ਕੀਤੀ ਸੀ, ਇਹਨਾਂ ਨੇ ਸੋਰੀ ਚਾਈਨਾ ਦੀ ਗੱਲ ਜੋ ਸੰਧੂ ਸਾਹਿਬ ਨੇ ਕਰੀ ਉਹ ਇਹ ਹੈ ਪੋਲੀਟੀਕਲ ਵਚਨਬੱਧਤਾ, ਜੇ ਪੋਲੀਟੀਕਲ ਵਚਨਬੱਧਤਾ ਨਹੀਂ ਆ ਸਾਰੇ ਮਾਡਲ ਫੇਲ ਹੋਣਗੇ। ਅਮਰੀਕਾ ਦੇ ਵਿੱਚ ਲਾ ਐਂਡ ਆਰਡਰ ਸਾਡੇ ਨਾਲ ਜ਼ਿਆਦਾ ਸਖਤ ਕਿਹਾ ਜਾਂਦਾ ਹੈ, ਉੱਥੇ ਟੀਕੇ ਨਾਲ ਵੀ ਮੌਤਾਂ ਹੋ ਰਹੀਆਂ ਨੇ, ਵੈਸੇ ਇੰਨੀਆਂ ਤਾਂ ਨਹੀਂ, ਚਾਈਨਾ ਮਾਡਲ ਨਾਲ ਬਚੂਗਾ ਪੰਜਾਬ, ਸੁਣੋ ਇੰਨੀਆਂ ਤਾਂ ਨਹੀਂ ਹੁੰਦੀਆਂ ਜਿੰਨੀਆਂ ਉਹ ਕਹਿੰਦੇ, ਮੈਂ ਤਾਂ ਕਹਿੰਦਾ ਵੀ ਪੋਲੀਟੀਕਲ ਹੈ। 2000 ਕਿੰਨੀਆਂ ਮੌਤਾਂ ਦੀ ਜਿਹੜੀ ਰਿਪੋਰਟ ਹੈ, 63,000 ਮੌਤ ਹੋਈ ਹੈ ਫੀਮੀ ਦੇ ਨਸ਼ਿਆਂ ਦੇ ਨਾਲ, ਉਹਦੇ 'ਚੋਂ 48,000 ਕੇ ਸਮਥਿੰਗ ਜਿਹੜੀ ਹੈ ਉਹ ਟੀਕਿਆਂ ਨਾਲ ਹੋਈ ਹੈ, ਉਹ ਉਹਨਾਂ ਦੀ ਆਪਦੀ ਰਿਪੋਰਟ ਹੈ ਸਰਕਾਰ ਦੀ। ਸੋ 2016 ਤੱਕ ਦੇ ਅੰਕੜਾ ਅਵੇਲੇਬਲ ਹੈ।
ਸੋ ਮੈਂ ਕਹਿੰਦਾ ਮੇਰਾ ਅਮਰੀਕਾ ਵਿੱਚ ਕਿੰਨੇ ਲੋਕ ਮਰਦੇ ਆ? ਮੈਂ ਅਮਰੀਕਾ ਦਾ ਅੰਕੜਾ ਦੱਸਿਆ, ਮੈਂ ਅਮਰੀਕਾ ਦਾ ਅੰਕੜਾ ਦੱਸਿਆ ਵੀ ਐਸਟੀਐਫ ਚੀਫ ਝੂਠ ਬੋਲੇ ਪਿਆ। ਨਹੀਂ ਨਹੀਂ ਮੈਂ ਇਹਨੂੰ ਝੂਠ ਨਹੀਂ, ਉਹਨਾਂ ਨੇ ਝੂਠ ਦੀ ਗੱਲ ਹੀ ਨਹੀਂ ਕਰਦੇ ਪਏ ਡਾਕਟਰ। ਮੈਂ ਕਿਉਂ ਕਹਿਣਾ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਬਹੁਤ ਸਾਰਾ ਕੋਈ ਝੂਠ ਸੱਚ ਨਹੀਂ, ਕਿਉਂਕਿ ਕੋਈ ਅੰਕੜਾ ਕਿਤੋਂ ਦੇਖਦਾ, ਕੋਈ ਕਿਤੋਂ ਦੇਖਦਾ, ਸੋਰਸ ਕਿੰਨਾ ਕਨਫਰਮ ਕਰਨ ਵਾਲਾ, ਕਿਉਂਕਿ ਅੱਜ ਕੱਲ੍ਹ ਆਦਤ ਬਣ ਗਈ ਬੇਬਾ, ਨੈਟ ਤੋਂ ਦੇਖ ਲਓ ਜੋ ਆ ਗਿਆ ਆ ਗਿਆ, ਸੁਣੀ ਸੁਣਾਈ। ਬਾਕੀ ਮੈਂ ਬਿਊਰੋਕਰੇਸੀ ਬਾਰੇ ਤਾਂ ਮੇਰੇ ਪੂਰੀ ਸਮਝ ਹੈ, ਸਾਰੀ ਉਮਰ 'ਚ ਕੰਮ ਕਰਕੇ ਬਿਊਰੋਕਰੇਸੀ ਤਾਂ ਆਪ ਬਹੁਤੇ ਵਾਰੀ ਫਾਇਲ ਨਹੀਂ ਪੜਦੀ, ਉਹ ਤਾਂ ਜੋ ਥੱਲੇ ਵਾਲੇ ਬਰੀਫ ਕਰਦੇ, ਇਸ ਕਰਕੇ ਮੀਟਿੰਗ 'ਚ 20 ਵਾਰੀ ਫਸ ਜਾਂਦੇ ਸਾਡੇ ਨਾਲ। ਅਸੀਂ ਕਹਿੰਦੇ ਵਿਆਹ ਪਿਆ ਕਾਗਜ਼, ਹੁਣ ਦੱਸੋ ਫਿਰ ਦੇਖਣਾ ਪਿਆ ਇਹ ਕਿੱਥੋਂ ਆ ਗਿਆ। ਸੋ ਇਸ ਕਰਕੇ ਅੰਕੜੇ ਕਿੱਥੋਂ ਦੇਖੇ ਨੇ, ਕਿਹੜੇ ਸੋਰਸ ਤੋਂ ਦੇਖੇ ਨੇ, ਕਿਹਦੇ ਕਹੇ ਤੋਂ ਮੰਨ ਲਿਆ, ਕਿਸ ਇੰਟੈਂਸ਼ਨ ਨਾਲ ਪੇਸ਼ ਕਰੇ ਨੇ, ਬਹੁਤ ਕੁਛ ਹੈ। ਪਰ ਨਸ਼ੇ ਰੋਕਣ ਦਾ ਇੱਕੋ ਤਰੀਕਾ ਹੈ, ਸਿਆਸੀ ਵਚਨਬੱਧਤਾ। ਉਹ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਪਊਗਾ, ਕਿਸੇ ਨੇ ਅੱਗੇ ਨਹੀਂ ਲੈਣਾ ਵੀ ਮੈਂ ਕਰਤਾ ਮੈਂ ਕਰਤਾ। ਪੰਜਾਬ ਦੀ ਵੱਡੀ ਸਮੱਸਿਆ ਇਹ ਸਿਆਸੀ ਵਚਨਬੱਧਤਾ ਹੋਏਗੀ ਸਮਾਜ ਨੂੰ। ਹੁਣ ਇਹਨਾਂ ਨੇ 75 ਨੂੰ ਸਹੁੰ ਚੁਕਾਈ ਹੈ, ਇਹਨਾਂ ਨੇ ਇਹ ਕਿਉਂ ਨਹੀਂ ਕਰਿਆ ਵੀ ਤੁਸੀਂ ਜਿਹੜੀ ਸਹੁੰ ਆ ਆਈ ਜੀ ਵਾਲਾ ਵੀ ਜਿਹੜਾ ਝਗੜਾ ਸਹੁੰ ਚੁਕਾਉਂਦਾ, ਇਹਨਾਂ ਨੂੰ ਅਧਿਕਾਰ ਹੀ ਨਹੀਂ ਸੀ ਬੇਸਿਕਲੀ ਤਾਂ, ਉਹ ਵੀਡੀਓ ਨੇ ਚੁਕਾਉਣੀ ਸੀ ਪਹਿਲਾਂ। ਉਹ ਅਕਾਲੀ ਸਰਕਾਰ ਵੀ ਇਹੀ ਕਰਦੀ ਹੈ ਵੀ ਇਕੱਠ ਕਰਕੇ ਸਹੁੰ ਚੁਕਾਓ। ਇਹ ਪੋਲੀਟੀਕਲ ਏਜੰਡਾ ਸੀ ਇਹਨਾਂ ਦਾ, ਅਦਰਵਾਈਜ਼ ਇਹ ਕਹਿ ਸਕਦੇ ਸੀ। ਇੱਕ ਲਾਈਨ 'ਚ ਕਹਾਂਗਾ ਵੀ ਹਰ ਪਿੰਡ ਦੇ ਵਿੱਚ ਗ੍ਰਾਮ ਸਭਾ ਦਾ ਇਕੱਠ ਕਰੋ, ਨਾਲੇ ਤਾਂ ਉੱਥੇ ਸਹੁੰ ਚੁੱਕੋ, ਨਾਲੇ ਨਸ਼ੇ ਬੰਦ ਕਰਨ ਦੀ ਗੱਲ ਕਰੋ, ਨਾਲੇ ਆਪਣੀ ਜਿਹੜੀ ਉਹ ਹੋਈ ਨਹੀਂ ਪਿੱਛੇ ਵਿਕਾਸ ਯੋਜਨਾ ਤਿਆਰ ਨਹੀਂ ਹੋ ਸਕੀ ਪੰਚਾਇਤਾਂ ਭੰਗ ਹੋਣ ਕਰਕੇ, ਉਹ ਯੋਜਨਾ ਮੁੱਦੇ ਤੇ ਆ ਗਏ ਤੁਸੀਂ। ਇਹ ਬੜਾ ਸੌਖਾ ਕੰਮ ਸੀ, ਤੁਸੀਂ ਤਾਂ ਪਿੰਡ ਦੇ ਰਹਿਣ ਵਾਲੇ ਹੋ, ਤੁਹਾਨੂੰ ਤਾਂ ਪਤਾ ਸਾਰਾ ਕੁਝ। ਸਹੁੰ ਚੁਕਾਉਣਾ ਕੁਝ ਨਹੀਂ ਹੋਣਾਗਾ, ਜਿਹੜੀ ਗ੍ਰਾਮ ਸਭਾ ਹੈਗੀ ਹੈ ਨਾ ਉਹ ਆਪਣੇ ਆਪ ਸਹੁੰ ਚੁਕਾ ਲੂਗੀ ਸਾਰਾ ਕੁਝ, ਤੁਸੀਂ ਉਹਨੂੰ ਮਜ਼ਬੂਤ ਕਰੋ ਪਿੰਡ ਪੱਧਰ ਤੇ। ਉਹ ਵੀ ਬਿਲਕੁਲ ਠੀਕ ਹੈ, ਗ੍ਰਾਮ ਸਭਾ ਜਿਹੜੀ ਹੈ ਉਹਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ, ਪਰ ਇੱਕ ਗੱਲ ਹੈ ਕਿ ਇਹ ਜਿਵੇਂ ਚੱਕੀ ਰਾਹੇ ਵਾਂਗੂ ਲਗਾਤਾਰ ਹਰ ਪਲੇਟਫਾਰਮ 'ਤੇ ਇਹ ਅਵੇਅਰ ਕਰਨ ਦੀ ਵੀ ਜ਼ਰੂਰਤ ਹੈ। ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ ਇਹ ਪੰਚਾਇਤਾਂ ਦੇ ਮੌਕੇ ਨੂੰ, ਕਿਉਂਕਿ ਕਈ ਥਾਂ 'ਤੇ ਪੰਚਾਇਤਾਂ ਨੇ ਆਪਣੇ ਤੌਰ 'ਤੇ ਬਣਾ ਕੇ ਬੋਰਡ ਵੀ ਜਿਹੜਾ ਨਸ਼ਾ ਵੇਚੂਗਾ ਆਹ ਨੰਬਰਾਂ 'ਤੇ ਹੈ, ਆਹ ਮੈਂਬਰ ਦੇ ਆ, ਸਰਪੰਚ ਦੇ, ਸਾਨੂੰ ਦੱਸੋ। ਕਈ ਥਾਂ 'ਤੇ ਨੌਜਵਾਨਾਂ ਨੇ ਆਪਣੇ ਆਪ ਕਮੇਟੀਆਂ ਬਣਾਈਆਂ ਹੋਈਆਂ, ਉਹਨਾਂ ਦੇ ਪਿੰਡਾਂ ਦੇ ਵਿੱਚ ਬੋਰਡ ਲੱਗੇ ਹੋਏ ਆ, ਨਾ ਐਨ ਜੀ ਓ ਦੇ ਤੌਰ 'ਤੇ। ਇਸ ਕਰਕੇ ਇਹ ਤਾਂ ਹਰ ਲੈਵਲ 'ਤੇ ਕੰਮ ਕਰਨਾ ਪਊਗਾ, ਜਿਵੇਂ ਧਾਰਮਿਕ ਡੇਰੇ ਹੈ ਜਾਂ ਧਾਰਮਿਕ ਜਥੇਬੰਦੀਆਂ, ਉਹਨਾਂ ਨੂੰ ਆਪਣਾ ਪ੍ਰਭਾਵ ਜਿਹੜਾ ਵਰਤਿਆ ਜਾਊਗਾ, ਤਾਂ ਇਹ ਜ਼ਹਿਰ ਜਿਹੜੀ ਆ ਹੌਲੀ ਹੌਲੀ ਇਹ ਨਿਕਲੂਗੀ। ਠੀਕ ਹੈ, ਸਰਕਾਰ ਅਤੇ ਸਮਾਜ ਅਤੇ ਧਾਰਮਿਕ ਸਾਰਿਆਂ ਨੂੰ ਆਪਸ ਵਿੱਚ ਤਾਲਮੇਲ ਰੱਖਣਾ ਪਊਗਾ ਧਾਰਨੀ ਸਾਹਿਬ, ਫਿਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ। ਨਸ਼ਾ ਵੈਸੇ ਖਤਮ ਤਾਂ ਨਹੀਂ ਹੋ ਸਕਦਾ, ਮੈਂ ਇਹ ਗੱਲ ਨਹੀਂ ਕਹੂੰਗਾ ਨਸ਼ਾ ਖਤਮ ਹੋ ਸਕਦਾ, ਘੱਟ ਸਕਦਾ, ਨਸ਼ਾ ਘੱਟ ਸਕਦਾ। ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ, ਬਿਲਕੁਲ ਨਹੀਂ ਨਸ਼ਾ ਘੱਟ ਸਕਦਾ। ਤੁਸੀਂ ਆਲ ਓਵਰ ਵਰਲਡ ਦੇਖ ਲਓ, ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ, ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ, ਡਰੱਗ ਜਿਹੜੀ ਹੈਗੀ ਹੈ ਪੰਜਾਬ ਨੂੰ ਬਦਨਾਮ ਜ਼ਿਆਦਾ ਕਰਿਆ ਗਿਆ, ਪੰਜਾਬ ਨਾਲੋਂ ਸਾਰੀ ਥਾਂ 'ਤੇ। ਤੁਸੀਂ ਬੰਬੇ ਦੇ ਵਿੱਚ ਚਲੇ ਜਾਓ, ਡਰੱਗ ਦਾ ਘਰ ਹੈ ਉਹ, ਤੁਸੀਂ ਵੱਡੇ ਹੋਰ ਸਾਰੇ ਸ਼ਹਿਰਾਂ ਦੇ ਵਿੱਚ ਚਲੇ ਜਾਓ। ਜਿਉਂ ਜਿਉਂ ਸੁਸਾਇਟੀ ਨੇ ਉੱਪਰ ਨੂੰ ਮੂਵ ਕਰਨਾ ਹੈ ਨਾ, ਤਾਂ ਫਰਸਟ੍ਰੇਸ਼ਨ ਜਿਉਂ ਜਿਉਂ ਵੱਧਦੀ ਜਾਣੀ ਹੈ, ਤਾਂ ਤੂੰ ਸਿਸਟਮ ਪੋਲੀਟੀਕਲ ਸਿਸਟਮ ਕਰਕੇ ਵਾਧੀ ਆ ਜਾਓ, ਨੌਜਵਾਨਾਂ ਨੌਕਰੀ ਨਹੀਂ ਮਿਲੂਗੀ, ਉਹ ਕੀ ਕਰੂਗਾ? ਤੁਸੀਂ ਤਹਿ ਤੱਕ ਤਾਂ ਜਾਂਦੇ ਨਹੀਂ, ਤਹਿ ਤੱਕ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ, ਤੁਸੀਂ ਉਸ ਸਿਸਟਮ ਦੀ ਗੱਲ ਨਹੀਂ ਕਰਦੇ ਜਿਸ ਸਿਸਟਮ ਕਰਕੇ ਪੰਜਾਬ ਦੀ ਜਵਾਨੀ ਨਸ਼ੇ 'ਚ ਲੱਗੀ ਹੈ। ਮੇਰੀ ਸੁਣਤਾ ਲਾਓ, ਹੁਣ ਮੈਂ ਆਪ ਫਰਸਟ੍ਰੇਸ਼ਨ ਦੀ ਗੱਲ ਕਰੀ ਹੈ ਵੀ ਫਰਸਟ੍ਰੇਸ਼ਨ ਕਰਕੇ ਸਾਰਾ ਕੁਝ ਹੋ ਰਿਹਾ। ਹਮੇਸ਼ਾ ਜਿਹੜੇ ਹੈਗੇ ਆ ਵਸੀਲੇ ਪੈਦਾ ਕਰਨੇ ਹੁੰਦੇ ਆ ਕਿ ਇੱਕ ਬੰਦਾ ਜਿਹੜਾ ਹੈਗਾ ਆਪਣਾ ਰੁਜ਼ਗਾਰ ਪੈਦਾ ਕਰ ਸਕੇ ਤਾਂ ਕਿ ਉਹ ਫਰਸਟ੍ਰੇਸ਼ਨ ਵੱਲ ਨੂੰ ਨਾ ਜਾਵੇ। ਦੇਖੋ ਤੁਸੀਂ ਪਹਿਲਾਂ ਗੱਲ ਕੀਤੀ, ਅਸੀਂ ਤਿੰਨੇ ਵਕੀਲ ਬੈਠੇ ਆ, ਪਹਿਲਾਂ ਇੱਕ OPM ਐਕਟ ਹੁੰਦਾ ਸੀ। OPM ਐਕਟ ਜਦੋਂ ਤੱਕ ਸੀ ਨਾ ਉਦੋਂ ਤੱਕ ਇਹ ਸੀ ਕਿ ਜਿਹੜਾ ਫੀਮ ਲੋਕ ਪਿੰਡ ਦੇ ਵਿੱਚ ਖਾਂਦੇ ਸੀ ਜਾਂ ਭੁੱਕੀ ਖਾਂਦੇ ਸੀ, ਬਾਅਦ ਦੇ ਵਿੱਚ ਇਹ ਜਿਹੜੀ ਡਰੱਗ ਆਈ ਹੈ ਇਹ ਹੁਣ ਇਹ ਗੱਲ ਕਰਦੇ ਆ ਮੈਂ ਉਹੀ ਗੱਲ ਕਰਦਾ, ਇਹ ਲਾਉਣ ਦੀ ਗੱਲ ਕਰ ਰਹੇ ਆ ਵਿਰਾਗੀ ਸਾਹਿਬ ਹੋਣੀ, ਬਈ ਜੀ ਬੀਜ ਲਓ ਤੁਹਾਡੇ ਲੀਡਰ ਨੇ ਜਿਹੜੀ ਸਿੰਥੈਟਿਕ ਡਰੱਗ ਨੇ ਵੀ ਕੀਤੀ ਸੀ ਧਾਰੀ ਸਾਹਿਬ, ਭੁੱਲ ਜਾਂਦੇ ਹੋ ਤੁਸੀਂ, ਇਹ ਸਾਰਿਆਂ ਨੂੰ ਪਤਾ ਹੈ ਕਿ ਉਹ ਸਿੰਥੈਟਿਕ ਡਰੱਗ ਹੈ ਨਾ ਜਿਹੜੀ ਇਹ ਉਸੇ ਦੀ ਫਾਰਮਡ ਜਿਹੜੀ ਹੈਗੀ ਹੈ। ਤੁਸੀਂ ਵੀ ਇਸ ਹੱਕ ਵਿੱਚੋਂ ਰਵਾਇਤੀ ਨਸ਼ੇ ਪੰਜਾਬ ਦੇ ਵਿੱਚ ਜ਼ਿਆਦਾ ਕਰ ਦਿੱਤੇ ਆ, ਸਿੰਥੈਟਿਕ ਡਰੱਗ ਆ ਜਿਹੜਾ ਚਿੱਟਾ ਉਹ ਖਤਮ ਹੋ ਜਾਊਗਾ? ਨਹੀਂ, ਅਸੀਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗੇ ਕਿ ਇਹ ਰਵਾਇਤੀ ਨਸ਼ਿਆਂ ਨੂੰ ਲੈ ਕੇ ਆਓ, ਬਟ ਇਸ ਚੀਜ਼ ਲਈ ਅਵੇਅਰਨੈਸ ਜਿਹੜੀ ਹੈ, ਜਿਵੇਂ ਗਰਗ ਸਾਹਿਬ ਨੇ ਕਿਹਾ ਅਵੇਅਰਨੈਸ ਹੈ ਹੀ, ਮਤਲਬ ਨਾਮ ਦੀ ਅਵੇਅਰਨੈਸ ਹੈ ਵੀ ਇੱਕ ਵਾਰ ਜਾ ਕੇ TV ਦੇ ਵਿੱਚ ਉਹ ਕੀ ਕਹਿੰਦੇ ਆ ਬੋਰਡ ਲਗਾਤਾ ਕਿ ਨਸ਼ਾ ਨਹੀਂ ਕਰਨਾ ਨਸ਼ਾ ਨਹੀਂ ਕਰਨਾ, ਉਹਦੇ ਨਾਲ ਕਦੇ ਨਸ਼ਾ ਨਹੀਂ ਛੁੱਟਦਾ ਹੁੰਦਾ। ਹੋਰ ਕਾਫੀ ਮਤਲਬ ਸਕੂਲਾਂ ਦੇ ਵਿੱਚ ਇਸ ਚੀਜ਼ ਉੱਤੇ ਬੈਸਟ ਜਿਹੜੀ ਹੈ ਸਟਾਰਟਿੰਗ ਦੇ ਵਿੱਚ ਸਕੂਲ ਦੇ ਵਿੱਚ ਨਸ਼ੇ ਨੂੰ ਲੈ ਕੇ ਸਪੈਸੀਫਿਕ ਸਬਜੈਕਟ ਹੋਣਾ ਚਾਹੀਦਾ। ਜੇ ਇਨਵਾਇਰਮੈਂਟ ਦਾ ਸਬਜੈਕਟ ਐਡ ਕੀਤਾ ਗਿਆ ਸੀ ਪੰਜਾਬ ਬੋਰਡ ਵੱਲੋਂ,
ਉਹਦੇ ਵਿੱਚ ਕਿ ਇਨਵਾਇਰਮੈਂਟ ਕੰਪਲਸਰੀ ਕਰਤਾ, ਨਾਲੇ ਇਹ ਵੀ ਕਰਤਾ ਸੀ ਇਨਵਾਇਰਮੈਂਟ 'ਚ ਫੇਲ ਫੇਲ। ਇਸੇ ਤਰੀਕੇ ਨਾਲ ਹੀ ਨਸ਼ੇ ਦੀ ਜੇ ਅਵੇਅਰਨੈਸ ਜੇ ਕਰਨੀ ਹੈ ਤਾਂ ਨਸ਼ੇ ਦੇ ਉੱਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਇੱਕ ਚੀਜ਼। ਦੂਸਰੀ ਚੀਜ਼ ਜਿਹੜੀ ਨੌਕਰੀਆਂ ਦੀ ਗੱਲ ਹੈ, ਗਰਗ ਸਾਹਿਬ ਕੋਲ ਇਹ ਵੀ ਡਾਟਾ ਹੋਏਗਾ ਕਿ ਜਿਹੜੇ ਮਰੇ ਨੇ ਨਸ਼ੇ ਦੇ ਕਰਕੇ, ਉਹਦੇ ਵਿੱਚ ਯੂਥ ਕਿੰਨੇ ਨੇ ਤੇ ਉਹਨਾਂ ਵਿੱਚ ਅਨਇੰਪਲੋਇਡ ਕਿੰਨੇ ਨੇ। ਠੀਕ ਹੈ ਮੇਰੇ ਅਕੋਰਡਿੰਗਲੀ ਮੈਂ ਥੋੜ੍ਹਾ ਅੱਗੇ ਜਾਊਂਗਾ ਇਹਨਾਂ ਤੋਂ। ਇਹ ਕਹਿੰਦੇ ਸਬਜੈਕਟ ਲਾ ਦਿਓ, ਮੈਂ ਤਾਂ ਕਹਿੰਦਾ ਸਿਆਸੀ ਇਨਵਾਇਰਮੈਂਟ ਠੀਕ ਕਰਨ ਦੀ ਜ਼ਰੂਰਤ ਹੈਗੀ ਆ, ਸਾਰਾ ਕੁਝ ਠੀਕ ਹੋ ਜਾਊਗਾ। ਬੁੜੇ ਸਾਹਿਬ ਰਾਗੀ, ਮੈਂ ਤਾਂ ਇਸ ਤੋਂ ਅੱਗੇ ਜਾ ਰਿਹਾ, ਸਬਜੈਕਟ ਲਾਉਣ ਦੀ ਜ਼ਰੂਰਤ ਨਹੀਂ, ਸਿਆਸੀ ਇਨਵਾਇਰਮੈਂਟ ਠੀਕ ਕਰ ਦਿਓ। ਬਿਲਕੁਲ ਸਿਆਸੀ ਇਨਵਾਇਰਮੈਂਟ ਨੇ ਤਾਂ ਇੱਥੋਂ ਤੱਕ ਪੰਜਾਬ ਨੂੰ ਬਦਨਾਮ ਕੀਤਾ, ਪੰਜਾਬ ਦੀ ਧਰਤੀ 'ਤੇ ਹੀ ਪੰਜਾਬ ਬਦਨਾਮ ਨਹੀਂ ਹੋਇਆ, ਦੇਸ਼ ਦੀ ਪਾਰਲੀਮੈਂਟ ਵਿੱਚ ਪੰਜਾਬ ਬਦਨਾਮ ਹੋਇਆ, ਪ੍ਰਾਈਮ ਮਿਨਿਸਟਰ ਦੇ ਮੁੱਖ 'ਚੋਂ ਪੰਜਾਬ ਬਦਨਾਮ ਹੋਇਆ। ਉਹ ਸ਼ਬਦ ਮੇਰੇ ਹਿਸਾਬ ਨਾਲ ਰਿਕਾਰਡਿਡ ਨੇ, ਜਿਹੜੇ ਉੱਥੇ ਭਗਵੰਤ ਮਾਨ 'ਤੇ ਕਮੈਂਟ ਕੱਸਿਆ ਗਿਆ ਸੀਗਾ, ਉਹਨਾਂ ਦਾ ਕੋਈ ਬਿਆਨ ਨਾ ਆਉਣਾ, ਨਾਲ ਬੈਠੇ ਮੈਂਬਰ ਪਾਰਲੀਮੈਂਟ ਨੇ ਸਾਰਿਆਂ ਨੇ ਜਲੂਸ ਦੇਖਿਆ ਵਾ। ਸਿਆਸੀ ਇਨਵਾਇਰਮੈਂਟ ਠੀਕ ਕਰਨ ਦੀ ਲੋੜ ਹੈ, ਸਾਨੂੰ ਸੰਜੀਦਾ ਹੋਣ ਦੀ ਲੋੜ ਹੈ, ਇੱਕ ਪੋਲੀਟੀਕਲ ਸਟਰੋਂਗ ਵਿਲ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਪੰਜਾਬ ਬਣਾ ਸਕੇ, ਨਹੀਂ ਤਾਂ ਅਦਰਵਾਈਜ਼ ਇਹੀ ਇੱਕ ਖਾਣ ਦਾ ਜ਼ਰੀਆ ਬਣ ਗਿਆ ਵਾ ਇਹ ਜਿਹੜਾ ਨਸ਼ੇ ਦਾ ਜਿਹੜਾ ਸਾਰਾ ਹੈਗਾ ਵਾ। ਠੀਕ ਹੈ ਡਾਕਟਰ ਗਰਗ, ਲਾਸਟ ਕਮੈਂਟ ਤੁਹਾਡਾ ਚਾਹੀਦਾ ਬਹੁਤ ਸੰਖੇਪ ਦੇ ਵਿੱਚ, ਇਸ ਸਿਆਸੀ ਰੰਗ ਦੇ ਵਿੱਚ ਜੇ ਸਿਰਫ ਸਿਆਸੀ ਰੰਗ ਦਿੱਤਾ ਗਿਆ, ਜੇ ਐਸ ਟੀ ਐਫ ਚੀਫ ਦੀ ਗੱਲ ਮੰਨੀਏ, ਇਸ ਸਿਆਸੀ ਰੰਗ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ? ਦੇਖੋ ਇੱਕ ਗੱਲ ਇਹ ਹੈ ਵੀ ਸਰਕਾਰ ਨੇ ਜਿਹੜੇ ਹੁਣ ਤੱਕ ਯਤਨ ਕਰੇ ਨੇ, ਇਸ ਸਰਕਾਰ ਨੇ ਵੀ ਉਹ ਯਤਨ ਤਾਂ ਕਰੇ ਨੇ, ਪਰ ਉਹ ਯਤਨ ਪਿਓਰਲੀ ਬਿਊਰੋਕਰੈਟਿਕ ਲੋਕਾਂ ਨੂੰ ਆਰਮੀ ਸਟਾਈਲ, ਇਹਦੇ ਨਾਲ ਇਹ ਹੱਲ ਨਹੀਂ ਹੋਣਾ। ਯਤਨ ਕਰੇ ਨੇ ਵੀ 168 ਰੂਟ ਸੈਂਟਰ ਖੋਲ੍ਹਤੇ ਜੀ, ਪਹਿਲਾਂ ਕੋਈ ਨਹੀਂ ਸੀ, ਜਿਹੜੇ ਰੀਹੈਬਲੀਟੇਸ਼ਨ ਸੈਂਟਰ ਉਹ ਪਹਿਲਾਂ ਹੀ ਬਣੇ ਹੋਏ ਸੀ ਵੀ, ਉਹ ਤਾਂ ਬਿਲਡਿੰਗਾਂ ਸਾਡੇ ਡਾਕਟਰ ਗਾਂਧੀ ਮਾਡਲ ਚੱਲੂਗਾ, ਫਿਰ ਡਾਕਟਰ ਗਾਂਧੀ ਮਾਡਲ ਨਾਲ ਸਹਿਮਤ ਹੋ। ਮੈਂ ਇੱਕ ਲਾਈਨ 'ਤੇ ਬਸ ਇੱਕ ਖਤਮ ਕਰ ਰਿਹਾ, ਮੈਂ ਐਨ ਯੈਸ ਨੋ। ਠੀਕ ਹੈ, ਇਹਦੇ 'ਚ ਪ੍ਰੈਕਟੀਕਲ ਪਹਿਲੀ ਗੱਲ ਵਚਨਬੱਧਤਾ ਦੇ ਨਾਲ ਸਾਰੇ ਸਮਾਜ ਨੂੰ ਇਨਵੋਲਵ ਕਰਨਾ, ਸਮਾਜ ਇਨਵੋਲਵ ਤਾਂ ਹੁੰਦਾ ਜੇ ਪੋਲੀਟੀਕਲ ਵਚਨਬੱਧਤਾ ਹੋਊਗੀ। ਠੀਕ ਹੈ, ਮੈਂ ਕਿਉਂ ਕਹਿਣਾ, ਇਹਨਾਂ ਨੇ ਕਹਿਤਾ ਵੀ ਤੁਸੀਂ ਅਸੀਂ ਜੀ ਡੱਪੋ ਵੀ ਲਾਤੇ, ਫਲਾਣਾ ਲਾਤਾ, ਪਿੰਡ 'ਚ ਮੈਂ ਦੱਸਦਾ ਵੀ ਆਹ ਬੰਦਾ ਜੀ ਆਹ ਬੂਟਾ ਬਰਾਗੀ ਜੀ ਨਸ਼ਾ ਵੇਚਦੇ ਨੇ, ਪੁਲਿਸ ਵਾਲਿਆਂ ਨੂੰ ਦੱਸਿਆ ਮੈਂ, ਪੁਲਿਸ ਵਾਲਿਆਂ ਨੇ ਇਹਨੂੰ ਦੱਸ ਦੇਣਾ ਵੀ ਆਹ ਪਿਆਰ ਲਾਲ ਨੇ ਦੱਸਿਆ ਤੈਨੂੰ, ਆਹ ਇੱਧਰ ਤਾਂ ਕਹਿੰਦੇ ਵੀ ਛੀਨੇ ਨੇ ਤਾਂ ਪਤਾ ਨਹੀਂ ਮੇਰੀ ਸੰਘੀ ਫੜ ਲਈ ਹੈ ਕਿ ਨਹੀਂ ਫੜ ਲਈ, ਬਰਾਗੀ ਜੀ ਨੇ ਫੜ ਲੈਣੀ ਹੈ, ਕਿਉਂਕਿ ਜਦ ਪੁਲਿਸ ਖੜੀ ਹੋਈ ਹੈ ਨਾਲ ਕੋਈ ਬੰਦਾ ਕਿਵੇਂ ਜੁਰਤ ਕਰੂ, ਜਦ ਇੱਕ ਸਿਆਸੀ ਵਚਨਬੱਧਤਾ ਹੋਏਗੀ ਫਿਰ ਬੰਦੇ ਬਾਬਰ ਕੇ ਸਾਹਮਣੇ ਆਉਣਗੇ ਕਿ ਆਹ ਹੋ ਰਿਹਾ, ਇਹਨੂੰ ਆਪਾਂ ਰੋਕਣਾ। ਕਿਵੇਂ ਪੁਲਿਸ ਨੇ ਕੁੜੀਆਂ ਨੂੰ ਪਹਿਲਾਂ ਨਸ਼ੇ ਤੇ ਲਾਇਆ, ਉਹ ਆਪਣਾ ਸੈਗਮੈਂਟ ਰਹਿ ਗਿਆ, ਇਹਨਾਂ ਦਾ ਕਿਉਂ ਨਹੀਂ? ਇੱਥੇ ਇੱਕ ਮੂਵਮੈਂਟ ਸ਼ੁਰੂ ਹੋਈ, ਇੱਕ ਹਫ਼ਤਾ ਬੜੇ ਜ਼ੋਰ ਨਾਲ ਉਹ ਚੱਲਦੀ ਰਹੀ ਵੀ ਨਸ਼ੇ ਨਹੀਂ, ਔਰ ਪਿੰਡ ਦੇ ਵਿੱਚ ਲੋਕ ਅਵੇਅਰਨੈਸ ਉੱਠ ਗਏ, ਮੁੱਖ ਮੰਤਰੀ ਜੀ ਨੇ ਇੱਕ ਮੀਟਿੰਗ ਬੁਲਾਈ, ਉਹ ਬਾਤ ਹੋ ਗਈ ਮੁੜ ਕੇ, ਉਹਦੇ ਨਾਲ ਜੇ ਉਹ ਮੂਵਮੈਂਟ ਚੱਲਦੀ ਰਹਿੰਦੀ ਕਿਤੇ ਦਾ ਕਿਤੇ ਵੱਡੀ ਗੱਲ ਹੋ ਜਾਣੀ। ਸਿਆਸੀ ਵਚਨਬੱਧਤਾ ਦੀ ਗੱਲ ਕਰ ਰਹੇ ਡਾਕਟਰ ਗਰਗ, ਮੇਰੇ ਸਵਾਲ ਦਾ ਜਵਾਬ ਦੇ ਦਿਓ, ਮੈਂ ਪ੍ਰੋਗਰਾਮ ਖਤਮ ਕਰਨਾ। ਸਿਆਸੀ ਵਚਨਬੱਧਤਾ ਇਹ ਕਹਿੰਦੀ ਵੀ ਹੈ ਪੰਜਾਬ ਵਿੱਚ ਰਵਾਇਤੀ ਨਸ਼ੇ ਵੰਡਣਾ ਸ਼ੁਰੂ ਕਰ ਦਿਓ। ਦੇਖੋ ਮੈਡੀਕਲ ਲਾਈਨ ਦਾ ਇਹਦੇ ਨਾਲ ਸਿੱਧਾ ਨਹੀਂ ਹੈ, ਸਾਹਮਣੇ ਡਾਟਾ ਹੈ, ਅਫਗਾਨਿਸਤਾਨ ਦੇ ਵਿੱਚ ਬਿਲਕੁਲ ਖੁੱਲੀ ਜਮਾ ਹੀ ਵਿਕ ਰਹੀ ਹੈ, ਦੋ ਨੰਬਰ 'ਚ ਵੀ ਵਿਕ ਰਹੀ ਹੈ, ਅਫਗਾਨਿਸਤਾਨ ਦਾ ਹਾਲ ਸਾਡੇ ਸਾਹਮਣੇ ਹੈ। ਹਿੰਦੁਸਤਾਨ ਦੇ ਵਿੱਚ ਜਿਹੜੀ ਇਹ ਫੀਮ ਹੈ, ਤੁਹਾਨੂੰ ਪਤਾ ਵੀ ਮੁਲਕਾਂ ਦੇ ਤਿੰਨ ਮੁਲਕ ਨੇ ਜਿੱਥੇ ਹਿੰਦੁਸਤਾਨ ਇੱਕ ਹੈ, ਜਿੱਥੇ ਅਲਾਊਡ ਆ ਫੀਮ ਇੰਟਰਨੈਸ਼ਨਲੀ ਕਾਨੂੰਨ ਦੇ ਅਨੁਸਾਰ, ਮੱਧ ਪ੍ਰਦੇਸ਼ 'ਚ ਬੀਜੀ ਜਾ ਰਹੀ ਹੈ, ਯੂਪੀ 'ਚ ਬੀਜੀ ਹੈ, ਰਾਜਸਥਾਨ 'ਚ ਬੀਜੀ ਜਾ ਰਹੀ ਹੈ, ਮੱਧ ਪ੍ਰਦੇਸ਼ 'ਚ ਮੰਦਸੌਰ ਦੇ ਵਿੱਚ ਮੈਕਸੀਮਮ ਫੀਮ ਪੈਦਾ ਹੁੰਦੀ ਹੈ, ਉਹ ਫੀਮ ਪੈਦਾ ਹੁੰਦੀ ਹੈ ਅਤੇ ਪੌਪੀ ਬੀਜਿਆ ਜਾਂਦਾ ਹੈ, ਉੱਥੋਂ ਦੇ ਕਿਸਾਨ ਜ਼ਿਆਦਾ ਸੁਈਸਾਈਡ ਕਰ ਰਹੇ ਨੇ। ਦੂਜੀ ਗੱਲ, ਨਾ ਇਕੋਨਮੀ ਸੁਧਰੀ ਹੈ ਉਹਨਾਂ ਦੀ। ਤੀਜੀ ਗੱਲ ਮੈਂ ਹੋਰ ਕਹਾਂਗਾ ਕਿ 2/3 ਕਿਸਾਨ ਜਿਹੜੇ ਲਾਇਸੈਂਸ ਲਏ ਹੋਏ ਸੀ, 2/3 ਹਿੱਸਾ ਉਹ ਛੱਡ ਗਏ, ਕਿਉਂਕਿ ਰੋਜ਼ ਪੁਲਿਸ ਕਹਿੰਦੀ ਇੰਨੇ ਤੇਰੇ ਨਿਕਲੀ 27 ਕਿਲੋ, ਜੇ ਸਾਈਕਲ ਨਿਕਲੀ ਪਾਣੀ ਸਤਾਈ ਹੋ ਗਈ, ਚੱਲ ਜੁਰਮਾਨਾ, ਉਹ ਕਹਿੰਦਾ ਜ਼ਮੀਨਾਂ ਵੇਚ ਵੇਚ ਕੇ ਪੈਸੇ। ਚਲੋ ਠੀਕ ਹੈ, ਬਹੁਤ ਧੰਨਵਾਦ, ਮੇਰੇ ਕੋਲ ਵਕਤ ਨਹੀਂ ਹੈਗਾ ਧਾਰੀ ਸਾਹਿਬ, ਤੁਹਾਡਾ ਬਹੁਤ ਧੰਨਵਾਦ ਡਾਕਟਰ ਤਾਰਾ ਸੰਧੂ, ਤੁਹਾਡਾ ਬਹੁਤ ਧੰਨਵਾਦ ਫੈਰੀ ਸਾਹਿਬ, ਤੁਹਾਡਾ ਬਹੁਤ ਧੰਨਵਾਦ ਬੂਟਾ ਸਾਹਿਬ ਰਾਗੀ, ਤੁਹਾਡਾ ਬਹੁਤ ਧੰਨਵਾਦ ਡਾਕਟਰ ਪਿਆਲਾ ਗਰਗ, ਤੁਹਾਡਾ ਬਹੁਤ ਧੰਨਵਾਦ। ਪੰਜਾਬ ਵਿੱਚ ਨਸ਼ਾ ਕਿੰਨਾ ਵੱਡਾ ਅਤੇ ਕਿਸ ਲਈ ਮੁੱਦਾ ਹੈਗਾ, ਇਹ ਸਵਾਲ ਆਪਣੇ ਵਿੱਚ ਅਹਿਮ ਹੈਗਾ, ਨਸ਼ੇ ਨੂੰ ਕਿਸ ਨੇ ਸਿਆਸੀ ਰੰਗ ਦਿੱਤਾ, ਇਹ ਸਵਾਲ ਦਾ ਜਵਾਬ ਆ ਜਿਹੜਾ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਇਸਦਾ ਫੈਸਲਾ ਹੋਵੇਗਾ। ਪਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਹੈਗਾ ਜਾਂ ਕੱਟ ਕਰਨਾ ਹੈਗਾ, ਕੱਟ ਕਰਨਾ ਮੈਂ ਫਿਰ ਦੁਬਾਰਾ ਸ਼ਬਦ ਵਰਤੂੰਗਾ, ਖਤਮ ਨਹੀਂ ਹੋ ਸਕਦੀਆਂ ਚੀਜ਼ਾਂ, ਜੇ ਕੱਟ ਕੀਤਾ ਜਾ ਸਕਦਾ ਹੈ ਤਾਂ ਉਸ ਲਈ ਪੋਲੀਟੀਕਲ ਵਿਲ ਦੀ ਜ਼ਰੂਰਤ ਹੈਗੀ ਆ, ਨਹੀਂ ਤਾਂ ਸਾਡੀ ਨੌਜਵਾਨੀ ਆ ਜਿਹੜੀ ਉਹ ਕਿਲ ਹੁੰਦੀ ਰਹੇਗੀ। ਧੰਨਵਾਦ।